TV84 उत्ते प्रोग्राम खबर दी खबर देख रहा है सारे दर्शकों नूं मैं सरबजीत सिंह कमान फतेह अर्ज करता हाँ जी। वाहिगुरु जी का खालसा वाहिगुरु जी की फतेह। एक हैगी अकाली सियासत, एक हैगी सिख सियासत। जिवें एक हैगा पंजाबी सभ्याचार, एक हैगा सिख सभ्याचार। जिहड़ा सिख सभ्याचार आ उह सिख कौम दी रूह आ, उहदे विचों सिक्खी झलकदी आ, उहदे विचों सिक्खां दी बोली, धर्म, सभ्याचार, रहिण सहिण सारा कुछ आ जांदा। जिहड़ा हैगा पंजाबी सभ्याचार, उहदे बारे आपां नूं पता ही आ वी जदों अक्सर ही रौला गौला पैंदा रहिंदा कि पंजाबी सभ्याचार वालिआं ने आह की करता, पंजाबी सभ्याचार वालिआं ने उह की करता। ਤੇ ਉਹਨਾਂ ਦਾ ਸਿਸਟਮ ਥੋੜਾ ਜਿਹਾ ਵੱਖਰਾ ਤੇ ਸਿੱਖ ਸੱਭਿਆਚਾਰ ਦਾ ਸਿਸਟਮ ਬਿਲਕੁਲ ਗੁਰਮਤ ਅਨੁਸਾਰੀ ਹੁੰਦਾ। ਹੁਣ ਇਹ ਗੱਲ ਮੈਂ ਤਾਂ ਛੇੜੀ ਆ ਪੰਜਾਬੀ ਸੱਭਿਆਚਾਰ ਤੇ ਸਿੱਖ ਸੱਭਿਆਚਾਰ ਵਾਲੀ ਵੀ ਤਾਂ ਆਪਾਂ ਨੂੰ ਜਦੋਂ ਸਿੱਖ ਸੱਭਿਆਚਾਰ ਦੀ ਆਪਾਂ ਗੱਲ ਕਰਾਂਗੇ ਤੇ ਨਾਲ ਹੀ ਆਪਾਂ ਨੂੰ ਫਿਰ ਸਿੱਖ ਸਿਆਸਤ ਦੀ ਵੀ ਸਮਝ ਲੱਗ ਜੂ। ਸਿੱਖ ਸਿਆਸਤ ਉਹ ਆ ਜਿਹੜੀ ਸਿੱਖੀ ਦੀ ਰੂਹ ਨੂੰ ਪ੍ਰਤੀਨਿਧਤਾ ਉਹਦੀ ਕਰਦੀ ਆ, ਜਾਣੀ ਕਿ ਜਿਹਦੇ ਵਿੱਚੋਂ ਸਿੱਖੀ ਦਾ ਉਹ ਮਾਡਲ ਝਲਕਦਾ ਹੈ ਜਿਹੜਾ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ਿਸ਼ ਕੀਤਾ, ਜਿਹੜਾ ਰੋਲ ਮਾਡਲ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਆ, ਉਹ ਜਿਹੜਾ ਹੈਗਾ ਜਿੱਥੇ ਹੋਵੇ ਉਹ ਸਿੱਖ ਸਿਆਸਤ ਵਾ। ਤੇ ਜਿਹੜੀ ਇਸ ਵੇਲੇ ਇੱਥੇ ਚੱਲ ਰਹੀ ਹੈ ਸਿਆਸਤ, ਜਿਹਨੂੰ ਅਕਾਲੀ ਸਿਆਸਤ ਕਹਿੰਦੇ ਆ, ਕਿਸੇ ਵੇਲੇ ਇਹ ਸਿਆਸਤ ਸਿੱਖੀ ਨੂੰ ਪ੍ਰਣਾਈ ਹੋਈ ਹੁੰਦੀ ਸੀ, ਇਹ ਗੱਲ ਤੋਂ ਆਪਾਂ ਨੂੰ ਮੁਕਰਨਾ ਨਹੀਂ ਚਾਹੀਦਾ। ਇਤਿਹਾਸ ਗਵਾਹ ਆ ਤੇ ਸਾਡੇ ਹੀ ਬਜ਼ੁਰਗਾਂ ਨੇ, ਆਪਣੇ ਹੀ ਪੁਰਖਿਆਂ ਨੇ ਇਸ ਅਕਾਲੀ ਦਲ ਨੂੰ ਕਾਇਮ ਕੀਤਾ, ਜਿਹੜੀ ਪਿਛਲੀ ਸਦੀ ਦੇ ਵਿੱਚ ਜਦੋਂ ਸਾਡਾ ਰਾਜ ਭਾਗ ਚਲੇ ਜਾਣ ਤੋਂ ਬਾਅਦ ਵਿੱਚ ਸਾਡੇ ਧਰਮ ਦਾ, ਸਾਡੇ ਸਾਰੇ ਕਾਸੇ ਦਾ ਬੇੜਾ ਗਰਕ ਹੋਇਆ। ਕਿਉਂਕਿ ਜਦੋਂ ਰਾਜ ਭਾਗ ਨਹੀਂ ਰਹਿੰਦੇ ਨਾ, ਜਿਹੜਾ ਕਿਹਾ ਜਾਂਦਾ ਵੀ ਰਾਜ ਬਿਨਾਂ ਨਾ ਧਰਮ ਚੱਲੇ ਹੈ ਤੇ ਧਰਮ ਬਿਨਾਂ ਸਭ ਦਲੇ ਮਲੇ ਹੈ, ਉਹ ਜਿਹੜਾ ਇਹ ਸਾਰਾ ਕੁਛ ਚੱਲਦਾ ਚੱਕਰ, ਉਹਦੇ ਵਿੱਚ ਜਦੋਂ ਆਪਣਾ ਸਾਰਾ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਵਿੱਚ ਕੰਮ ਵਿਗੜ ਗਿਆ ਤੇ ਸਾਡੇ ਧਰਮ ਦੇ ਵਿੱਚ, ਸਮਾਜ ਦੇ ਵਿੱਚ ਗੜਬੜਾਂ ਆ ਗਈਆਂ, ਖਾਸ ਤੌਰ 'ਤੇ ਦਰਬਾਰ ਸਾਹਿਬ ਦਾ ਬਾਹਮਣੀਕਰਨ ਹੋ ਗਿਆ ਜੀ, ਜਾਤ ਪਾਤ ਦੇ ਆਧਾਰ 'ਤੇ ਵਿਤਕਰੇ ਹੋਣ ਲੱਗ ਗਏ, ਤੇ ਉਦੋਂ ਆਪਣੇ ਪੁਰਖਿਆਂ ਨੇ ਬ੍ਰਾਹਮਣਵਾਦੀ ਕਰਮ ਕਾਂਡਾਂ ਦੇ ਖਿਲਾਫ, ਸਿੱਖੀ ਵਿੱਚ ਆਏ ਨਿਘਾਰ ਦੇ ਖਿਲਾਫ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ, ਉਹਦੇ ਵਿੱਚੋਂ ਇੱਕ ਤਾਂ ਨਿਕਲਿਆ ਆ ਅਕਾਲ ਤਖ਼ਤ ਸਾਹਿਬ ਦਾ ਰੁਤਬਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦ ਪਦਵੀ, ਦੂਜਾ ਉਹਦੇ ਚੋਂ ਨਿਕਲਿਆ ਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੀਜਾ ਨਿਕਲਿਆ ਆ ਉਹਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ। ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਅਕਾਲੀ ਹੁੰਦਾ ਸੀ ਨਾ ਜੀ, ਉਹ ਇੱਕ ਫਖਰ ਵਾਲੀ ਗੱਲ ਹੁੰਦੀ ਸੀ ਵੀ ਪਿੰਡ ਦੇ ਵਿੱਚ ਜਦੋਂ ਕਿਸੇ ਨੂੰ ਕਿਹਾ ਜਾਂਦਾ ਸੀ ਵੀ ਅਕਾਲੀਆਂ ਦਾ ਘਰ ਆ, ਤਾਂ ਉਹਦਾ ਅਰਥ ਇੱਕ ਵੱਖਰਾ ਹੀ ਹੁੰਦਾ ਸੀਗਾ ਵੀ ਇਹ ਜਿਹੜੇ ਅਕਾਲੀ ਨੇ ਇਹ ਧਰਮ ਦੇ ਰਾਖੇ ਆ ਤੇ ਸਰਬੱਤ ਦਾ ਭਲਾ ਮੰਗਦੇ ਆ, ਇਹ ਇਕੱਲੇ ਸਿੱਖੀ ਲਈ ਜਾਂ ਸਿੱਖਾਂ ਦੀ ਗੱਲ ਨਹੀਂ ਕਰਦੇ, ਇਹ ਤਾਂ ਜਿਹੜਾ ਵੀ ਕੋਈ ਦੁਖੀ ਬੰਦਾ ਇਹਦੇ ਦਰ ਤੇ ਚਲੇ ਗਿਆ ਇਹਨੇ ਉਹਨਾਂ ਦੀ ਬਾਂਹ ਫੜਨੀ। ਤੇ ਜਿੱਥੇ ਸਿੱਖੀ ਦੀ ਗੱਲ ਆ ਉੱਥੇ ਤਾਂ ਫਿਰ ਇਹਨਾਂ ਦਾ ਸਭ ਤੋਂ ਪਹਿਲਾ ਫਰਜ਼ ਬਣਦਾ। ਸੋ ਅਕਾਲੀ ਦਲ ਨੇ ਮੋਰਚੇ ਲਾਉਣੇ ਲੋਕਾਂ ਦੇ ਮਸਲਿਆਂ ਲਈ, ਪੰਥ ਅਤੇ ਪੰਜਾਬ ਦੇ ਮਸਲਿਆਂ ਲਈ, ਅੰਗਰੇਜ਼ਾਂ ਦੇ ਖਿਲਾਫ ਐਜੀਟੇਸ਼ਨਾਂ, ਇਹ ਸਾਰਾ ਕੁਛ ਜਿਹੜਾ ਜਦੋਂ ਕਰਦੇ ਕਰਾਉਂਦੇ ਰਹੇ ਤੇ 1947 ਤੋਂ ਬਾਅਦ ਆ ਕੇ ਫਿਰ ਕਹਾਣੀ ਵਿਗੜਨੀ ਸ਼ੁਰੂ ਹੋ ਗਈ। ਉਦੋਂ ਫਿਰ ਅਕਾਲੀ ਸਿਆਸਤ ਆ ਜਿਹੜੀ ਉਹ ਸਿੱਖੀ ਦੀ ਬਜਾਏ ਕਿ ਤੋਂ ਹੋਰ ਹੀ ਸੇਧ ਲੈਣ ਲੱਗ। ਜਦੋਂ ਪ੍ਰੇਰਣਾ ਸਰੋਤ ਬਦਲ ਗਏ, ਜਦੋਂ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕ ਲਿਆ, ਤੇ ਉਦੋਂ ਪਹਿਲਾਂ ਤਾਂ ਨਹੀਂ ਪਰ ਹੌਲੀ ਹੌਲੀ ਜਿਹੜੀ ਸੀ ਗੜਬੜ ਆਉਂਦੀ ਗਈ, ਇੱਕਦਮ ਨਹੀਂ ਆਈ, ਕੋਈ ਨਿਘਾਰ ਇੱਕਦਮ ਨਹੀਂ ਆਉਂਦਾ ਹੁੰਦਾ, ਬਦਲਾਅ ਇੱਕਦਮ ਨਹੀਂ ਆਉਂਦਾ ਹੁੰਦਾ। ਤੇ ਉਹ ਫਿਰ ਜਿਵੇਂ ਕਹਿੰਦੇ ਆ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ, ਉਹ ਗੱਲ ਸਾਡੇ ਨਾਲ ਹੋਈ ਵੀ ਅਕਾਲੀ ਕਾਂਗਰਸੀਆਂ ਵਰਗੇ ਬਣ ਗਏ ਤੇ ਕਾਂਗਰਸੀ ਅਕਾਲੀਆਂ ਵਰਗੇ ਬਣ ਗਏ। ਹੁਣ ਤਾਂ ਹਾਲ ਇਹ ਹੈ ਵੀ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਪਹਿਲੋਂ ਕਾਂਗਰਸ ਵਿੱਚ ਸੀ ਤੇ ਪਹਿਲਾਂ ਕਿਹੜਾ ਅਕਾਲੀ ਦਲ ਸੀਗਾ। ਇੱਕ ਵੇਲਾ ਉਹ ਸੀ ਵੀ ਕਿਸੇ ਕਾਂਗਰਸੀ ਦਾ ਅਕਾਲੀ ਦਲ ਵਿੱਚ ਆਉਣਾ ਨਾਮੁਮਕਿਨ ਗੱਲ ਸੀ, ਕਿਉਂਕਿ ਦੋਨਾਂ ਦੀ ਆਈਡੀਓਲੋਜੀ, ਦੋਨਾਂ ਦੀ ਵਿਚਾਰਧਾਰਾ ਸਭ ਕੁਛ ਵੱਖੋ ਵੱਖਰਾ ਹੁੰਦਾ ਸੀ। ਪਰ ਹੁਣ ਗੱਲ ਕੁਛ ਹੋਰ ਬਣ ਗਈ, ਹੁਣ ਤਾਂ ਰਮਾਇਣ ਦੇ ਅਖੰਡ ਪਾਠ ਕਰਾਉਣ ਵਾਲੇ ਅਕਾਲੀ ਵੀ ਹੋ ਗਏ,
ਜਿਹੜੀਆਂ ਗੱਲਾਂ ਚੋਂ ਨਿਕਲ ਕੇ ਕਰਮ ਕਾਂਡਾਂ ਚੋਂ ਬ੍ਰਾਹਮਣਵਾਦ ਚੋਂ ਸਿੱਖੀ ਨੂੰ ਖਤਰਾ ਦੇਖ ਕੇ ਅਕਾਲੀ ਦਲ ਹੋਂਦ ਵਿੱਚ ਆਇਆ ਸੀ, ਅਕਾਲੀ ਦਲ ਨੂੰ ਬਣਾਉਣ ਦੀ ਭਾਵਨਾ ਹੀ ਮਤਲਬ ਖਤਮ ਕਰਤੀ। ਜ਼ੁਲਮ, ਬੇਇਨਸਾਫੀ, ਧੱਕੇਸ਼ਾਹੀ, ਇਹ ਸਾਰੀਆਂ ਗੱਲਾਂ ਦੇ ਖਿਲਾਫ ਅਕਾਲੀ ਦਲ ਹੋਂਦ 'ਚ ਆਇਆ ਸੀ। ਮੁੜ ਕੇ ਇਹ ਸਾਰਾ ਕੰਜਰਖਾਨਾ ਅਕਾਲੀ ਦਲ ਦੇ ਲੀਡਰ ਆਪ ਕਰਨ ਕਰਾਉਣ ਲੱਗ ਪਏ। ਜਦੋਂ ਕਾਂਗਰਸ ਵੱਲ ਦੇਖਦੇ ਹਾਂ ਤੇ ਅਕਾਲੀ ਦਲ ਵੱਲ ਦੇਖਦੇ ਹਾਂ, 19-21 ਦਾ ਫਰਕ ਨਹੀਂ ਲੱਗਦਾ, ਬਿਲਕੁਲ ਸੇਮ ਟੂ ਸੇਮ, ਇੱਕੋ ਜਿੰਨੇ ਚੰਗੇ ਆ, ਇੱਕੋ ਜਿੰਨੇ ਮਾੜੇ। ਤੇ ਯਾਰੀ ਅਕਾਲੀਆਂ ਦੀ ਉਸ ਭਾਜਪਾ ਨਾਲ ਆ ਜਿਹੜੀ ਸਿੱਖਾਂ ਦੀ ਹੋਂਦ ਹਸਤੀ ਨੂੰ ਮੰਨਣ ਤੋਂ ਇਨਕਾਰੀ ਆ, ਤੇ ਉਹਨਾਂ ਨੂੰ ਕਹਿੰਦੇ ਆ ਵੀ ਬਿਨਾਂ ਸ਼ਰਤ ਸਮਰਥਨ। ਤੇ ਜਦੋਂ ਅਕਾਲੀ ਦਲ ਜਿਹੜਾ ਸੀਗਾ ਉਹ ਧਰਮ ਕਰਮ ਦੀ ਗੱਲ ਕਰਨ ਕਰਾਉਣ ਵਾਲਾ ਸੀ, ਉਦੋਂ ਤਾਂ ਸਾਰਾ ਹੀ ਪੰਥ ਨਾਲ ਹੁੰਦਾ ਸੀ, ਪਰ ਵਿੱਚ ਵਿਚਾਲੇ ਆ ਕੇ ਜਦੋਂ 1978 ਵਾਲੇ ਕਾਂਡ ਤੋਂ ਬਾਅਦ ਵਿੱਚ ਸਥਿਤੀਆਂ ਬਦਲੀਆਂ, ਸਿੱਖ ਸਿਆਸਤ ਨੇ ਜ਼ੋਰ ਮਾਰਿਆ। ਅਸਲ ਵਿੱਚ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਜਦੋਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਹੋਰ ਜਿਹੜਾ ਸਿੱਖ ਵਰਗ ਜਿਹੜਾ ਚੇਤੰਨ ਸੀ, ਜਿਹਨੂੰ ਸਿੱਖੀ ਦੀ ਸਮਝ ਸੀ, ਜਦੋਂ ਉਹ ਮੈਦਾਨ ਵਿੱਚ ਆਏ ਆ ਨਾ ਜੀ, ਉਦੋਂ ਅਕਾਲੀ ਸਿਆਸਤ ਨੂੰ ਬਿਰਤਾ ਜੀ ਪੈ ਗਈ। ਕਿਉਂਕਿ ਪਹਿਲਾਂ ਤਾਂ ਮੋਰਚੇ ਮਾਰਚੇ ਲਾਉਣੇ, ਮਾਹੌਲ ਜਿਹਾ ਗਰਮ ਕਰਨਾ ਤੇ ਵੋਟਾਂ ਵਾਟਾਂ ਜਿਹੀਆਂ ਲੈ ਕੇ ਆਪਦੀ ਚਲੋ ਜਿਹੜੀ 4 ਦਿਨ ਸਰਕਾਰ ਹੰਢਾ ਲੈਣੀ, ਮੁੜ ਕੇ ਫਿਰ ਜਦੋਂ ਸਰਕਾਰ ਟੁੱਟ ਜਾਣੀ ਫਿਰ ਕਹਿ ਦੇਣਾ ਪੰਥ ਖਤਰੇ 'ਚ। ਉਹ ਬੜੇ ਨਜ਼ਾਰੇ ਲਏ ਇਹਨਾਂ ਨੇ, ਪਰ ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਇਤਿਹਾਸ ਜਿਹੜਾ ਹੈਗਾ ਉਹ ਫਿਰ ਕੂਹਣੀ ਮੋੜ ਕੱਟ ਲੈਂਦਾ, ਕਸੂਤਾ ਜਿਹਾ ਕੰਮ ਬਣ ਜਾਂਦਾ। ਤੋ 1982-83 ਦੇ ਵਿੱਚ ਜਿਹੜਾ ਧਰਮ ਯੁੱਧ ਮੋਰਚਾ ਲੱਗਿਆ, ਉਹਦੇ ਵਿੱਚ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਰੂਪ ਦੇ ਵਿੱਚ ਇੱਕ ਨਵਾਂ ਜਿਹੜਾ ਸੀਗਾ ਰੂਪ, ਉਹ ਇਨਸਾਈਡ ਵਿਦਨ ਸਿੱਖ ਕਮਿਊਨਿਟੀ, ਮਤਲਬ ਸਿੱਖ ਕੌਮ ਦੇ ਅੰਦਰੋਂ ਇੱਕ ਇਹੋ ਜਿਹੀ ਚੀਜ਼ ਉੱਠ ਆਈ ਜਿਹਨੂੰ ਬਦਨਾਮ ਕੀਤੇ ਬਗੈਰ ਅਕਾਲੀਆਂ ਦਾ ਕੁਛ ਫਿਰ ਸੌਰਦਾ ਨਹੀਂ। ਬਾਹਲੇ ਤਾਂ ਨਹੀਂ, ਕਈ ਤਾਂ ਵਿੱਚ ਵਿਚਾਲੇ ਜੇ ਸੀਗੇ, ਪਰ ਬਹੁਤੇ ਜਿਹੜੇ ਵੱਡੇ ਆਪਦੇ ਆਪ ਨੂੰ ਖੱਬੀ ਖਾਨ ਸਮਝਦੇ ਸੀਗੇ, ਆ ਬਾਦਲੈਂਡ ਕੰਪਨੀ, ਇਹਨਾਂ ਸਾਰਿਆਂ ਦਾ ਇੱਕ ਨਕਾਤੀ ਪ੍ਰੋਗਰਾਮ ਹੁੰਦਾ ਸੀਗਾ ਕਿ ਬਾਬਾ ਜਰਨੈਲ ਸਿੰਘ ਬਹੁਤ ਮਾੜਾ ਜੀ। ਜਿੰਨਾ ਕਾਂਗਰਸ ਭੰਡਦੀ ਸੀ, ਜਿੰਨਾ ਅਡਵਾਨੀ ਐਂਡ ਕੰਪਨੀ ਵਾਜਪੇਈ ਹੁਣੀ ਭੰਡਦੇ ਸੀਗੇ, ਓਨਾ ਹੀ ਜ਼ਿਆਦਾ ਇਹ ਭੰਡੀ ਭੁੰਡੀ ਜਾਂਦੇ ਸੀਗੇ ਵੀ ਬੜਾ ਮਾੜਾ ਬੰਦਾ ਜੀ, ਬੜਾ ਮਾੜਾ ਬੰਦਾ। ਕਿਉਂ ਮਾੜਾ? ਕਿਉਂਕਿ ਸਿੱਖੀ ਦੀ ਗੱਲ ਕਰਦਾ, ਕਹਿੰਦਾ ਮਰਿਆਦਾ ਤੇ ਪਹਿਰਾ ਦਿਓ, ਤੇ ਕਹਿੰਦਾ ਹੈਗਾ ਕਿ ਧਰਮ ਯੁੱਧ ਮੋਰਚੇ ਦੀਆਂ ਜਿਹੜੀਆਂ ਮੰਗਾਂ ਨੇ, ਜਿਹੜੇ ਆਪਾਂ ਪਰਣ ਪੱਤਰ ਪੜ੍ਹੇ ਆ, ਆਪਾਂ ਅਰਦਾਸ ਕੀਤੀ ਆ, ਉਹਦੇ 'ਤੇ ਪੂਰਾ ਪੂਰਾ ਪਹਿਰਾ ਦੇਣਾ। ਹੁਣ ਇਹ ਤਾਂ ਹੋਰ ਡਰਾਮੇ ਵਾਲੇ ਸੀ ਵਿਚਾਰੇ, ਇਹ ਤਾਂ ਮਤਲਬ ਭਾਵਨਾਵਾਂ ਭੜਕਾਓ, ਵੋਟਾਂ ਲਓ ਅਤੇ ਗੱਲ ਨਿਬੁੱਕੀ। ਅਤੇ ਐਸ ਜੀ ਕੰਮ ਨਵਾਂ ਹੀ ਆ ਗਿਆ ਮੂਹਰੇ, ਬਾਬਾ ਜਰਨੈਲ ਸਿੰਘ ਦੇ ਰੂਪ ਦੇ ਵਿੱਚ ਇੱਕ ਨਵੀਂ ਚੀਜ਼ ਸਾਹਮਣੇ ਆ ਕੇ ਖੜ੍ਹ। ਉੱਥੋਂ ਫਿਰ ਇਹਨਾਂ ਨੇ ਇਹੀ ਸੋਚਿਆ ਵੀ ਇਹਦਾ ਖਾਤਮਾ ਕਰਵਾਏ ਬਗੈਰ ਗੁਜ਼ਾਰਾ ਨਹੀਂ। ਸੋ ਫਿਰ ਇਹਨਾਂ ਦੀ ਸਹਿਮਤੀ ਜਿਹੜੀ ਸੀ ਸਿਧਾਂਤਕ ਰੂਪ ਦੇ ਵਿੱਚ, ਉਹ ਲੈ ਕੇ ਉਹਨਾਂ ਨੇ ਅਟੈਕ ਕੀਤਾ ਅਤੇ ਅਕਾਲ ਤਖ਼ਤ ਸਾਹਿਬ ਨੂੰ, ਸਿੱਖ ਹੋਰ ਦਰਧਾਮਾਂ ਨੂੰ ਬਹੁਤ ਬੇਦਰਦੀ ਦੇ ਨਾਲ ਇਹ ਜਿਹੜਾ ਕਹਿਰ ਢਾਇਆ ਉਹਦੇ ਵਿੱਚ, ਇਹ ਮੰਨਣ ਨਾ ਮੰਨਣ ਇਹਨਾਂ ਦੇ ਮੰਨਣ ਮਨਾਉਣ ਦੀ ਗੱਲ ਨਹੀਂ, ਇਤਿਹਾਸ ਵਿੱਚ ਇਹ ਚੀਜ਼ ਸਦਾ ਲਈ ਦਰਜ ਹੋ ਚੁੱਕੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਬਹੁਤ ਸਾਰੇ ਲੀਡਰ ਜਿਹੜੇ ਸੀ, ਇਹਨਾਂ ਦੀ ਸਹਿਮਤੀ ਤੋਂ ਬਗੈਰ ਇਹ ਕੰਮ ਹੋ ਨਹੀਂ ਸੀ ਸਾਰਾ ਹੋ ਗਿਆ। ਖੈਰ ਉਸ ਤੋਂ ਅੱਗੇ ਜਿਹੜੀ ਗੱਲ ਬਣੀ, ਫਿਰ ਪੰਜਾਬ ਦੀ ਧਰਤੀ ਉੱਤੇ ਗੁਰੂ ਸਾਹਿਬਾਨ ਦੇ ਦਿਖਾਏ ਹੋਏ ਮਾਰਗ ਉੱਤੇ ਚੱਲਣ ਵਾਲੇ ਗੁਰਸਿੱਖਾਂ ਨੇ ਮੈਦਾਨ ਮੰਨ ਲਿਆ। ਇਹਦੇ ਨਾਲ ਕਈ ਡਾਇਮੈਂਸ਼ਨਸ ਪੈਦਾ ਹੋ ਗਈਆਂ। ਜਿਹੜੇ ਇੰਡੀਆ ਨੂੰ ਇਸ ਤੋਂ ਪਹਿਲਾਂ ਸਿੱਖ ਕਹਿੰਦੇ ਸੀ ਵੀ ਚਲੋ ਮਾੜੇ ਮੋਟੇ ਧੱਕੇ ਧੁੱਕੇ ਹੁੰਦੇ ਆ, ਸ਼ਾਇਦ ਕਦੇ ਗੱਲ ਬਣ ਜੇ, ਕੱਲ੍ਹ ਨੂੰ ਕੋਈ ਚੱਜ ਹਾਲ ਦੀ ਸਰਕਾਰ ਆ ਜਾਊਗੀ, ਜਿਹੜੇ ਆਪਣੇ ਮਸਲੇ ਆ ਸ਼ਾਇਦ ਹੱਲ ਹੋ ਜਾਣ, ਪਰ 1984 ਦੇ ਜੂਨ ਮਹੀਨੇ ਨੇ ਤੇ ਨਵੰਬਰ ਮਹੀਨੇ ਨੇ ਇਹੋ ਜਿਹੇ ਸਬਕ ਦਿੱਤੇ ਸਿੱਖਾਂ ਨੂੰ, ਬਈ ਸਿੱਖਾਂ ਨੂੰ ਇਹ ਸਮਝ ਲੱਗ ਗਈ ਵੀ ਜੇ ਆਪਾਂ ਆਪਦਾ ਧਰਮ, ਆਪਦੀ ਬੋਲੀ, ਆਪਦਾ ਸੱਭਿਆਚਾਰ ਬਚਾਉਣਾ ਹੈ ਤਾਂ ਇਹ ਆਪਾਂ ਨੂੰ ਆਪਦਾ ਮੁਲਕ ਸਿਰਜਣਾ ਪਊ। ਤੋ ਇੱਥੋਂ ਨਿਕਲਿਆ ਜੀ ਖਾਲਿਸਤਾਨ ਦੀ ਗੱਲ। ਸਿੱਖ ਸਿਆਸਤ ਦਾ ਕੇਂਦਰੀ ਨੁਕਤਾ ਰਾਜ ਕਰੇਗਾ ਖਾਲਸਾ ਦੀ ਭਾਵਨਾ, ਪਰ ਅਕਾਲੀ ਸਿਆਸਤ ਦਾ ਮੇਨ ਜਿਹੜਾ ਨੁਕਤਾ ਉਹ ਹੈਗਾ ਵਾ ਵੀ ਰਾਜ ਕਰੇਗਾ ਖਾਲਸਾ, ਮਤਲਬ ਚੰਡੀਗੜ੍ਹ ਦੇ ਵਿੱਚ, ਪੰਜਾਬ ਦੇ ਵਿੱਚ ਜੇ ਬਾਦਲ ਸਾਹਿਬ ਮੁੱਖ ਮੰਤਰੀ ਨੇ ਤਾਂ ਬਸ ਸਾਰੇ ਮਸਲੇ ਹੱਲ ਨੇ। ਹੁਣ ਰਾਜ ਕਰੇਗਾ ਖਾਲਸਾ ਦੇ ਵੀ ਅਰਥ ਬਦਲ ਦਿੱਤੇ। ਰਾਜ ਕਰੇਗਾ ਖਾਲਸਾ ਦੇ ਅਰਥ ਤਾਂ ਹੈਗਾ ਵੀ ਖਾਲਸੇ ਦਾ, ਖਾਲਿਸਤਾਨ ਦਾ, ਰਾਜ ਕਰੇਗਾ ਖਾਲਸੇ ਦਾ ਅਰਥ ਖਾਲਸਾ ਰਾਜ ਦਾ ਗੱਲ,
ਪਰ ਇੱਥੇ ਇਹਨਾਂ ਨੇ ਬਣਾਤੇ ਵੀ ਚੰਡੀਗੜ੍ਹ ਤੇ ਬਾਦਲ ਸਾਹਿਬ ਜੇ ਮੁੱਖ ਮੰਤਰੀ ਨੇ ਨਾ ਬਸ ਫਿਰ ਮੌਜਾਂ ਲੱਗ ਗਈਆਂ, ਫਿਰ ਰਾਜ ਕਰੇਗਾ ਖਾਲਸਾ ਪੂਰਾ ਹੋ। ਹੁਣ ਅਕਾਲੀ ਦਲ ਦੇ ਵੀ ਅਰਥ ਬਦਲਤੇ, ਪਹਿਲਾਂ ਅਕਾਲੀ ਹੁੰਦਾ ਸੀ ਅਕਾਲ ਪੁਰਖ ਦਾ ਪੁਜਾਰੀ, ਅੱਜ ਇਹਨਾਂ ਨੇ ਵਿਪਰਵਾਦੀਆਂ ਬ੍ਰਾਹਮਣਵਾਦੀਆਂ ਦੇ ਪਿੱਛ ਲੱਗ ਬਣ ਕੇ ਹਰ ਉਹ ਕੁੱਤਾ ਕੰਮ ਜਿਹੜਾ ਸਾਡੇ ਧਰਮ ਦੇ ਅਨੁਸਾਰ ਗਲਤ ਵਾ, ਜਿਨ੍ਹਾਂ ਦਾ ਧਰਮ ਅਲਾਓ ਕਰਦਾ ਇਜਾਜ਼ਤ ਦਿੰਦਾ ਉਹ ਰੱਜ ਰੱਜ ਕਰਨ ਜੀ। ਦੇਸ਼ ਹੱਕ 24 ਘੰਟੇ ਹਵਨ ਕਰਨ, ਸਿਰ ਤੇ ਉਹ ਲਾ ਕੇ ਮੁਕਟ ਜਿਹਾ ਗਲ ਚ ਪਾ ਕੇ ਪੀੜਾ ਜਿਹਾ ਪਰਨਾ, 24 ਘੰਟੇ ਸ਼ੇਰਾਂ ਵਾਲੀ ਨੂੰ ਧਿਆਉਣ, ਜਗਰਾਤੇ ਕਰਨ, ਟੱਲੀਆਂ ਖੜਕਾਉਣ, ਤਿਲਕ ਲਾਉਣ, ਜਨੇਊ ਪਾਉਣ, ਜੋ ਮਰਜ਼ੀ ਕਰਨ ਅਗਲਿਆਂ ਦਾ ਧਰਮ। ਪਰ ਇੱਧਰ ਇਹਨਾਂ ਨੇ ਅਕਾਲੀ ਦਲ ਦੇ ਅਕਾਲੀ ਹੋਣ ਦੇ ਅਰਥ ਬਦਲ, ਅਕਾਲੀ ਤਾਂ ਹੁੰਦਾ ਹੀ ਉਹ ਆ ਜਿਹੜਾ ਧਰਮ ਲਈ ਸਿੱਖੀ ਦੀ ਮਰਿਆਦਾ ਦੇ ਲਈ ਜਿਉਂਦਾ ਮਰਦਾ। ਅਕਾਲੀ ਤੋਂ ਆਸ ਨਹੀਂ ਕੀਤੀ ਜਾਂਦੀ ਕਿਸੇ ਤੋਂ, ਪਰ ਇਹਨਾਂ ਨੇ ਤਾਂ ਇੰਨਾ ਬੇੜਾ ਗਰਕਿਆ ਬਈ ਮੰਦਰਾਂ 'ਚ ਜਾ ਕੇ ਟੱਲੀਆਂ ਖੜਕਾ ਰਹੇ ਆ, ਵੈਸ਼ਨੋ ਦੇਵੀ ਦੇ ਜਾ ਰਹੇ ਆ, ਫਿਰ ਉਦੋਂ ਭੈੜੀ ਗੱਲ ਕਿਸੇ ਵੇਲੇ ਅਕਾਲੀ ਮਤਲਬ ਹੁੰਦਾ ਹੀ ਉਹ ਸੀ, ਅਕਾਲੀ ਦਲ ਦਾ ਮੈਂਬਰ ਹੀ ਉਹ ਹੁੰਦਾ ਸੀ ਜਿਹੜਾ ਸਾਬਤ ਸੂਰਤ ਅੰਮ੍ਰਿਤਧਾਰੀ ਗੁਰਸਿੱਖ ਆ। ਇੱਧਰ ਨਵਾਂ ਹੀ ਅਕਾਲੀ ਦਲ ਬਣਾਤਾ ਘੋਣ ਮੋਣ, ਤੇ ਪਹਿਲਾਂ ਜਿਹੜੇ ਜਥੇਦਾਰ ਸੀ ਉਹਨਾਂ ਦੇ ਨਾਂ ਬੜੇ ਜਦੋਂ ਲੈਂਦੇ ਸੀ ਸਤਿਕਾਰ ਨਾਲ, ਜਥੇਦਾਰ ਫਲਾਨਾ ਸਿੰਘ ਜੀ, ਤੇ ਹੁਣ ਅਕਾਲੀ ਦਲ ਦੇ ਜਥੇਦਾਰ ਘੋਣ ਮੋਣ ਤੇ ਨਾਂ ਵੀ ਉਹੋ ਜਿਹੇ ਬੰਟੀ ਟੀਟੂ ਫਲਾਨੀ ਏਦਾਂ ਦੇ ਉਹ ਨਾਂ ਨੇ। ਉਹ ਇਹ ਜਿਹੜਾ ਸਾਰਾ ਸਿਸਟਮ ਬਦਲ ਗਿਆ, ਇਹ ਅਕਾਲੀ ਸਿਆਸਤ ਨੂੰ ਵੀ ਅਕਾਲੀ ਸਿਆਸਤ ਕਹਿਣਾ ਬੜੀ ਅਜੀਬ ਜੀ ਗੱਲ ਹੈ। ਆਪਸ ਵਿੱਚ ਹੀ ਲੜੀ ਲੁੜੀ ਜਾਂਦੇ ਨੇ। ਅੱਜ ਢੀਂਡਸੇ ਹੁਣਾਂ ਨੇ ਇੱਕ ਨਵਾਂ ਬਣਾ ਲਿਆ ਦਲ, ਤੇ ਉਹ ਬ੍ਰਹਮਪੁਰਾ ਕਹਿੰਦਾ ਵੀ ਮੇਰੇ ਨਾਲ ਨਹੀਂ ਰਲੇ, ਉਹ ਬ੍ਰਹਮਪੁਰਾ ਔਖਾ ਆਇਆ ਫਿਰਦਾ। ਸੋ ਇੱਕ ਬ੍ਰਹਮਪੁਰਾ, ਇੱਕ ਢੀਂਡਸਾ ਤੇ ਇੱਕ ਬਾਦਲ ਤੇ ਹੋਰ ਹਜੇ ਪਤਾ ਨਹੀਂ ਕਿੰਨੇ ਕੁ ਦਲ ਦਲ ਬਣਨੇ ਆ ਇਹਨਾਂ ਦੇ। ਇਹ ਜਿਹੜੀ ਸਾਰੀ ਖੇਡ ਚੱਲ ਰਹੀ ਆ, ਜੇਕਰ ਕੋਈ ਇਹਦੇ ਚੋਂ ਸੋਚਦਾ ਵੀ ਪੰਥ ਦਾ ਭੱਲਾ ਹੋਜੂ, ਇਹ ਆਪਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ। ਇਹਨਾਂ ਕੋਲੋਂ ਕੋਈ ਆਸ ਨਾ ਹੈ ਨਾ ਰੱਖਣੀ ਚਾਹੀਦੀ ਆ। ਤੇ ਜਿਹੜਾ ਬੰਦਾ ਸਿੱਖੀ ਦਾ ਬੇੜਾ ਗਰਕ ਕਰਨਾ ਚਾਹੁੰਦਾ, ਜਿਹੜਾ ਬੰਦਾ ਸਿੱਖਾਂ ਦੇ ਤੇ ਸਿੱਖੀ ਦਾ ਦੁਸ਼ਮਣ ਆ ਉਲਟ ਵਾ, ਉਹੀ ਕੋਈ ਆਸ ਕਰ ਸਕਦਾ ਇਹਨਾਂ ਭੱਦਰ ਪੁਰਸ਼ਾਂ ਤੋਂ। ਇਹਨਾਂ ਦੇ ਪੱਗਾਂ, ਦਾੜੇ, ਨੀਲੀਆਂ, ਕਾਲੇ ਚਿਹਰੇ, ਮੋਹਰੇ, ਇਹ ਦਰਵੇਸ਼ ਜੇ ਲੱਗਦੇ ਆ ਦੇਖਣ ਨੂੰ ਵੀ ਬੜੇ ਵਧੀਆ ਬਜ਼ੁਰਗ ਜੇ ਬਾਬੇ ਨੇ, ਪਰ ਅਸਲ ਵਿੱਚ ਇਹ ਖੂਨ ਪੀਣੀ ਜੋਕ ਆ। ਅਸਲ ਵਿੱਚ ਜਿਵੇਂ ਸਪਣੀ ਹੁੰਦੀ ਆ ਨਾ, ਸਪਣੀ ਸਪਣੀ ਕਹਿੰਦੇ ਆਪਦੇ ਬੱਚੇ ਖਾ ਜਾਂਦੀ ਆ, ਇਹ ਆਪਦੀ ਕੌਮ ਨੂੰ ਖਾ ਜਾਣ ਵਾਲੇ ਲੋਕ ਨੇ। ਬੜਾ ਨੁਕਸਾਨ ਕੀਤਾ ਦੁਸ਼ਮਣਾਂ ਨੇ, ਕੋਈ ਅਫਸੋਸ ਨਹੀਂ, ਕਿਉਂਕਿ ਦੁਸ਼ਮਣ ਦਾ ਕੰਮ ਹੁੰਦਾ ਨੁਕਸਾਨ ਕਰਨਾ। ਪਰ ਜੋ ਪੰਥ ਦਾ, ਸਿੱਖੀ ਦਾ, ਸਿੱਖ ਸੱਭਿਆਚਾਰ ਦਾ, ਸਿੱਖ ਵਿਰਾਸਤ ਦਾ ਇਹਨਾਂ ਨੇ ਪਿੰਡ 'ਚ ਛੁਰਾ ਮਾਰਿਆ ਨਾ ਪੰਥ ਰਤਨਾਂ ਨੇ, ਉਹਦਾ ਤਾਂ ਮਤਲਬ ਕੋਈ ਲੇਖਾ ਹੀ ਨਹੀਂ। ਬਹੁਤ ਦੁੱਖ ਆ ਕੌਮ ਨੂੰ, ਪਰ ਕੋਈ ਗੱਲ ਨਹੀਂ, ਕੌਮਾਂ ਵਿੱਚ ਇਹੋ ਜਿਹੇ ਇਤਿਹਾਸ ਦੇ ਵਿੱਚ ਪਲ ਆਉਂਦੇ ਹੁੰਦੇ ਆ ਜਦੋਂ ਰਾਖੇ ਹੀ ਚੋਰ ਬਣ ਜਾਂਦੇ। ਉਹ ਇਹਨਾਂ ਲੋਕਾਂ ਨੇ ਜੋ ਆਪਦੇ ਆਪ ਨੂੰ ਮਰਜ਼ੀ ਇਹ ਬਣਾਈ ਫਿਰਦੇ ਆ, ਕਈਆਂ ਨੂੰ ਲੱਗਦਾ ਲੈ ਜੀ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਜੀ, ਉਹ ਜੀ ਫਲਾਨਾ ਜਥੇਦਾਰ ਆ ਅਕਾਲ ਤਖ਼ਤ ਦਾ ਜੀ ਗੁਰਬਚਨ ਸਿੰਘ, ਉਹ ਜੀ ਅਕਾਲੀ ਦਲ ਦਾ ਪ੍ਰਧਾਨ ਤੇ ਉਹ ਜ਼ਿਲ੍ਹਾ ਜਥੇਦਾਰ। ਇਹ ਇੱਦਾਂ ਦੀਆਂ ਗੱਲਾਂ ਗੁੱਲਾਂ ਨਾਲ ਕੁਛ ਨਹੀਂ ਹੁੰਦਾ। ਜਿਹੜਾ ਸਿੱਖ ਬਿਲਕੁਲ ਹੀ ਸਧਾਰਨ ਗੁਰਸਿੱਖ ਆ, ਸਵੇਰੋਂ ਉੱਠ ਕੇ 4 ਵਜੇ ਜਾਂਦਾ ਖੇਤ 'ਚ ਪਾਣੀ ਲਾਉਂਦਾ ਹੈ, 8-9 ਵਜੇ ਤੱਕ ਪ੍ਰਸ਼ਾਦਾ ਪਾਣੀ ਛਕੜ ਘਰੇ ਆਉਂਦਾ, ਸਾਰਾ ਦਿਨ ਕੰਮ ਕਰਦਾ, ਮਰਦਾ ਸਵੇਰੇ ਸ਼ਾਮ ਮਰਦਾ, ਮਾੜਾ ਮੋਟਾ ਰੱਬ ਦਾ ਨਾਂ ਵੀ ਲੈਂਦਾ, ਧਰਮੀ ਕਰਮੀ ਜੀਵ ਆ ਤੇ ਪੰਥ ਦਾ ਭਲਾ ਲੋਚਦਾ। ਉਹ ਇਹਨਾਂ ਵੱਡੇ ਪ੍ਰਧਾਨਾਂ ਜਥੇਦਾਰਾਂ ਨਾਲੋਂ ਕਿਤੇ ਮਹਾਨ। ਹੁਣ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਡੇਰਾ ਸਰਸਾ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਪੱਤੀ ਕਰਨ ਵਾਲਿਆਂ ਦਾ ਹਾਮੀ ਹੋਵੇ, ਤੇ ਹਾਮੀ ਵੀ ਐਡਾ ਗਰਕਿਆ ਹੋਇਆ ਹੋਵੇ ਅਕਾਲੀ ਦਲ ਦਾ ਪ੍ਰਧਾਨ, ਵੀ ਆਪਦੇ ਫੌਜ ਨੂੰ ਭੇਜੇ ਵੀ ਜਾਂ ਡੇਰਾ ਸਰਸਾ ਨਾਲ ਗੱਲ ਵਿੜ ਕੇ ਆਓ ਵੀ ਜੇ ਸਾਨੂੰ ਐਤਕੀ ਵੋਟਾਂ ਪਵਾ ਦਿਓ, ਉਦੋਂ ਜਦੋਂ ਕਿ ਉਹਨਾਂ ਦੇ ਉੱਤੇ ਬੱਚਾ ਬੱਚਾ ਜਾਣਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਨ ਵਾਲੀ ਫੌਜ ਆ। ਹੁਣ ਸਰਕਾਰੀ ਤੌਰ ਦੇ ਤਾਂ ਭਾਵੇਂ ਹੁਣ ਐਲਾਨ ਜੇ ਹੋ ਰਹੇ ਨੇ ਬਈ ਆ ਜਿਹੜਾ ਸੈੱਟ ਬਣਾਈ ਸੀਗੀ ਵਿਸ਼ੇਸ਼ ਜਾਂਚ ਟੀਮ, ਉਹਨੇ ਹੁਣ ਗੱਲਾਂ ਕਹੀਆਂ ਨੇ, ਪਰਚੇ ਪੁਰਚੇ ਦਰਜ ਹੋ ਰਹੇ ਨੇ, ਪਰ ਪਤਾ ਕਿਹਨੂੰ ਨਹੀਂ? ਪਹਿਲੇ ਦਿਨ ਤੋਂ ਹੀ ਪਤਾ ਪੰਥ ਨੂੰ ਤਾਂ, ਕਿਹੜਾ ਨਿਆਣਾ ਭੁੱਲਿਆ ਜੀ? ਇੱਥੇ ਪੰਜਾਬ ਦਾ ਬੱਚਾ ਬੱਚਾ ਸਾਰੇ ਸੰਸਾਰ 'ਚ ਸਿੱਖ ਜਾਣਦੇ ਆ ਕਿ ਡੇਰਾ ਸਰਸਾ ਵਾਲਿਆਂ ਨੇ ਸਰੂਪ ਚੋਰੀ ਕੀਤਾ, ਉਹਨਾਂ ਨੇ ਵਰਕੇ ਲਿਖ ਕੇ ਲਾਏ, ਉਹਨਾਂ ਨੇ ਇਹ ਅੰਗ ਅੰਗ ਗਲੀਆਂ 'ਚ ਖਿਲਾਰੇ। ਤੇ ਬਾਦਲ ਦਲ ਦੀ ਸੈਨਾ ਜਿਹੜੀ ਆ ਇਹ ਉਸ ਹਰ ਸਿੱਖ ਨੂੰ, ਹਰ ਉਸ ਬੰਦੇ ਨੂੰ ਭੰਡ ਤੇ ਨਿੰਦ ਤੇ ਲੱਗੀ ਰਹੀ। ਸੋਸ਼ਲ ਮੀਡੀਆ ਉੱਤੇ ਹਜ਼ਾਰਾਂ ਇਹੋ ਜਿਹੇ ਅਸਲੀ ਨਕਲੀ ਫੇਸਬੁੱਕ ਖਾਤੇ ਬਣਾ ਕੇ
ਭੰਡਣੀ ਭੰਡਿਆ ਇਹਨਾਂ ਨੇ ਸਿੱਖਾਂ ਨੂੰ। ਤੇ ਇਹਨਾਂ ਦਾ ਇੱਕ ਨਕਤੀ ਪ੍ਰੋਗਰਾਮ ਜੀ, ਉਹ ਜਿਹੜੇ ਮੁੰਡੇ ਨੇਗੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ, ਵੀ ਉਹਨਾਂ ਨੇ ਬੇਅਦਬੀ ਕੀਤੀ ਆ ਵੀ ਸਰਸਿਆਂ ਦਾ ਨਾਂ ਉਹਨਾਂ ਨੇ। ਜਦੋਂ ਸਾਰਾ ਸੰਸਾਰ ਕਲਪ ਰਿਹਾ ਸੀ ਉਦੋਂ ਵੀ ਇਹੀ ਹਾਲ ਸੀਗਾ ਵੀ ਸਰਸੇ ਵਾਲਿਆਂ ਨੇ ਬੇਅਦਬੀ ਨਹੀਂ ਕੀਤੀ। ਹੁਣ ਜੇਕਰ ਸੀਬੀਆਈ ਨੇ ਵੀ ਕਹਿਤਾ, ਹੁਣ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੀ ਕਹਿੰਦੀ ਆ, ਅੱਜ ਤਿਕਰ ਵੀ ਪਿਓ ਦੇ ਪੁੱਤਾਂ ਨੇ ਬੁੱਲ ਤੋਂ ਬੁੱਲ ਨਹੀਂ ਚੱਕਿਆ। ਅੱਜ ਤੋਂ ਨਾ ਲੌਂਗੋਵਾਲ ਪ੍ਰਧਾਨ ਨੇ, ਨਾ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਨੇ, ਨਾ ਇਹਨੇ ਬਾਦਲ ਨੇ ਸੁਖਬੀਰ ਨੇ, ਨਾ ਦੂਜੇ, ਨਾ ਕਿਸੇ ਹੋਰ ਨੇ ਅੱਜ ਤੱਕ ਨਹੀਂ ਮੰਨਿਆ ਹੈਗਾ ਕਿ ਵਾਕਿਆ ਹੀ ਸਾਡੀ ਬੜੀ ਵੱਡੀ ਇਹ ਗਲਤੀ ਸੀ, ਸਾਡੀ ਬੜੀ ਵੱਡੀ ਕਰਤੂਤ ਸੀ ਇਹ ਜਿਹੜੀ ਅਸੀਂ ਇਸ ਗੰਦੇ ਟੋਲੇ ਦਾ ਸਾਥ ਦਿੱਤਾ ਜਿਨ੍ਹਾਂ ਨੇ ਵਾਕਿਆ ਹੀ ਬੇਅਦਬੀ ਕੀਤੀ। ਇਹਨੇ ਕਹਿ ਦੋ ਵੀ ਸਾਨੂੰ ਪਤਾ ਨਹੀਂ ਸੀ, ਇਹਨੇ ਕਹਿ ਦੋ, ਪਰ ਕਿੱਥੇ ਪੂਰਾ ਐਨ ਕਹਿੰਦੇ ਚਾਰ ਵੋਟਾਂ ਹੀ ਮਿਲਣਗੀਆਂ। ਹੁਣ ਜਿਹੜਾ ਨੁਕਸਾਨ ਸਿੱਖਾਂ ਨੇ ਤਾਂ ਕਹਿੰਦੇ ਆਪਾਂ ਨੂੰ ਵੋਟ ਪਾਉਣੀ ਨਹੀਂ, ਪੰਥਕ ਲੋਕਾਂ ਨੇ ਤਾਂ ਆਪਾਂ ਨੂੰ ਵੋਟ ਪਾਉਣੀ ਨਹੀਂ, ਚਲੋ ਇਧਰੋਂ ਹੀ ਵੋਟਾਂ ਵੱਟਾਂ ਦੇ। ਸੋ ਜਿਹੜੀ ਤਾਂ ਸਿੱਖ ਸਿਆਸਤ ਵਾ ਉਹ ਤਾਂ ਇਹ ਕਹੂਗੀ ਕਿ ਭੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਇਹੋ ਜਿਹਾ ਮੁੱਖ ਮੰਤਰੀ, ਇਹੋ ਜਿਹਾ ਅਕਾਲ ਤਖ਼ਤ ਦਾ ਜਥੇਦਾਰ, ਇਹੋ ਜਿਹਾ ਕੋਈ ਅਹੁਦਾ ਆਪਾਂ ਚੱਟਣਾ ਜਿਹੜਾ ਸਿੱਖੀ ਦੀਆਂ ਜੜ੍ਹਾਂ ਕੱਟ ਕੇ ਮਿਲਦਾ ਹੋਵੇ। ਇਹੋ ਜਿਹੀ ਵੋਟਾਂ, ਇਹੋ ਜਿਹੀ ਵੋਟ ਤੋਂ ਲੈਣਾ ਕੀ ਆ ਜਿਹੜੀ ਆਪਦੇ ਧਰਮ ਨਾਲ ਗਦਾਰੀ ਕਰਕੇ ਮਿਲਦੀ ਹੋਵੇ। ਪਰ ਇੱਧਰ ਕੰਮ ਉਲਟਾ, ਇਹ ਕਹਿੰਦੇ ਜੀ ਕੋਈ ਗੱਲ ਹੀ ਨਹੀਂ। ਜਿੱਦਣ ਪਤਾ ਲੱਗਿਆ ਜਦੋਂ ਆ ਬਣਿਆ ਹੈਗਾ ਕੈਪਟਨ ਮੁੱਖ ਮੰਤਰੀ 2017 ਵਾਲੀ ਇਲੈਕਸ਼ਨ ਦੀ ਗੱਲ ਕਰਦਾ, ਚਰਚਾ ਹੋਣ ਲੱਗ ਗਈ, ਪੱਤਰਕਾਰਾਂ ਨੇ ਪੁੱਛਿਆ, ਉਦੋਂ ਜਥੇਦਾਰ ਗੁਰਬਚਨ ਸਿੰਘ ਸੀ, ਇਹਨਾਂ ਦਾ ਹੀ ਥਾਪਿਆ ਹੋਇਆ, ਬੜਾ ਵਰਤਿਆ ਇਹਨਾਂ ਨੇ ਉਹਨੂੰ। ਉਹਨੂੰ ਕਹਿੰਦੇ ਵੀ ਜੇ ਪਤਾ ਲੱਗਿਆ ਹੈਗਾ ਕਿ ਜੀ ਇਹ ਸਰਸੇ ਜਾਣ ਨੂੰ ਫਿਰਦੇ ਆ ਤੁਹਾਡੇ ਬਾਦਲ ਦਲੀਏ। ਉਹ ਕਹਿੰਦਾ ਅਖਬਾਰਾਂ 'ਚ ਛਪੀ ਬਕਾਇਦਾ ਖਬਰ ਵੀ ਜੇਕਰ ਕੋਈ ਹੁਣ ਵੀ ਗਿਆ ਨਾ ਹੁਕਮਨਾਮੇ ਦੀ ਉਲੰਘਣਾ ਕੀਤੀ, ਸਖ਼ਤ ਕਾਰਵਾਈ ਕਰਾਂਗੇ। ਇਹ ਕਹਿੰਦੇ ਕਰ ਲਈ ਤੂੰ ਕਾਰਵਾਈ, ਆਹ ਚੱਲੇ 35-40 ਜਾ ਕੇ ਨੀਲੀਆਂ ਪੱਗਾਂ ਚਿੱਟੇ ਦਾੜੇ ਸ਼ਰਮ ਨਾਲ ਡੁੱਬ ਕੇ ਮਰ ਜਾਣ ਪੰਜਾਬ ਦੀ ਜਵਾਨੀ ਦੇ ਕਾਤਲ, ਇਹ ਮਨੁੱਖਤਾ ਦੇ ਬੈਰੀ, ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਗੰਦੇ ਲੋਕ, ਇਹ ਜਾ ਕੇ ਉੱਥੇ ਬਹਿ ਗਏ। ਉਹਨੂੰ ਕਹਿੰਦੇ ਜੇਕਰ ਸਾਡੀ ਇੱਕ ਵਾਰੀ ਸਰਕਾਰ ਫੇਰ ਬਣ ਗਈ ਨਾ, ਅਸੀਂ ਪਿੰਡ ਪਿੰਡ ਪੰਜਾਬ ਦੇ ਵਿੱਚ ਡੇਰਾ ਮੁਖੀ ਦੇ ਪ੍ਰੋਗਰਾਮ ਕਰਾ ਦਾਂਗੇ। ਲੋਕ ਅਰਦਾਸਾਂ ਕਰਦੇ ਫਿਰਦੇ, ਸੱਚੇ ਪਾਤਸ਼ਾਹ ਸਿੱਖੀ ਨੂੰ ਬਚਾਲਾ, ਇਹਨਾਂ ਨੂੰ ਕਦੇ ਸਤਾ ਨਾ ਮਿਲ ਜੇ, ਤੇ ਕਰਨਗੇ ਕੁੱਤਾ ਕੰਮ ਇਹ ਫੇਰ। ਆ ਹੁਣ ਵੀ ਇਸੇ ਆਸਤੇ ਹੀ ਬੈਠੇ ਨੇ, ਜੇ ਕਿਤੇ ਕਿਸੇ ਚਮਤਕਾਰ ਹੋ ਜੇ ਬਾਦਲ ਮੋਦੀ ਉਹਨਾਂ ਨਾਲ ਸੈਟਿੰਗ ਹੋ ਜੇ ਉਹਦੀ, ਵੀ ਮੈਂ ਤੁਹਾਨੂੰ ਜੀ ਸਾਰਾ ਪੈਸਾ ਧੇਲਾ ਵੀ ਦੇਣਾ, ਵੋਟਾਂ ਵੀ ਤੁਹਾਨੂੰ ਪਵਾਊਂਗਾ, ਉਹਨੂੰ ਛੱਡ ਦੇਣਗੇ ਮਿੰਟੋ ਮਿੰਟ ਹੀ, ਰਾਏ ਕੱਢਣਾ ਕੱਢ ਲੈਂਦੀ ਹੁੰਦੀ ਆ ਸਰਕਾਰ। ਇੱਥੇ ਤਾਂ ਕਹਿੰਦੇ ਕਹਾਉਂਦੇ ਕਾਤਲ ਜਿਹਨਾਂ ਨੂੰ ਉਮਰ ਕੈਦਾਂ ਹੋਈਆਂ ਸਿੱਖਾਂ ਦੇ, ਦੇ ਦੋਸ਼ੇ ਬੰਦੇ ਮਾਰੇ, ਉਹਨਾਂ ਨੂੰ ਮਿੰਟੋ ਮਿੰਟੀ ਅਦਾਲਤਾਂ ਦੂਜੇ ਨੇ ਅਸੈਂਬਲੀਆਂ ਨੇ ਛੱਡਤਾ, ਰਾਸ਼ਟਰਪਤੀ ਗਵਰਨਰ ਕੋਲੇ ਮਿੰਟੋ ਮਿੰਟੀ ਕੇਸ ਬਣ ਕੇ ਚਲੇ ਜਾਂਦੇ ਆ, ਉਹਨੂੰ ਛੱਡਣਾ ਕਿੱਡੀ ਗੱਲ ਆ। ਕੱਲ੍ਹ ਕਲਾਂ ਨੂੰ ਜੇ ਕਿਤੇ ਕੋਈ ਇਹੋ ਜਿਹਾ ਇਨਕਲਾਬ ਆ ਜਾਵੇ ਵੀ ਡੇਰਾ ਸਰਸੇ ਦੇ ਮੁਖੀ ਨੂੰ ਸਾਰੀ ਸਜ਼ਾ ਸੁਜ਼ਾ ਮਾਫ਼ ਕਰਤੀ ਆ ਤੇ ਉਹ ਚੱਲਿਆ ਘਰ ਨੂੰ, ਸਭ ਤੋਂ ਪਹਿਲਾਂ ਸੁਖਬੀਰ ਬਾਦਲ ਤੇ ਉਹਦੀ ਘਰ ਵਾਲੀ ਖੜੇ ਹੋਣਗੇ ਗੇਟ ਤੇ ਹਾਰ ਲਈ ਉੱਥੇ। ਅੱਜ ਵੀ ਇੰਨਾ ਕਰਕੇ ਹੋਏ ਨੇ, ਐਵੇਂ ਜੇ ਕਿਸੇ ਨੂੰ ਵਹਿਮ ਆ ਤਾਂ ਉਹਦੀ ਕਹਿਣਾ ਕੀ ਆ, ਪਰ ਇਹ ਗੱਲ ਸੱਚੀ ਆ। ਔਰ ਇਹ ਮੈਂ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਅਰਦਾਸ ਕਰਕੇ ਸੱਚੇ ਪਾਤਸ਼ਾਹ ਦੀ ਹਾਜ਼ਰੀ 'ਚ ਕਹਿਣ ਨੂੰ ਤਿਆਰ ਹਾਂ ਵੀ ਇੰਨੇ ਕਰਕੇ ਹੋਏ। ਤੇ ਹੁਣ ਇਸ ਟੋਲੇ ਨੇ ਜਿਹੜਾ ਆਪਦਾ ਉਹਨਾਂ ਦਿਨਾਂ ਦੇ ਵਿੱਚ ਚੱਕਰਵਿਊਹ ਰਚਿਆ, ਉਹਦੇ ਵਿੱਚ ਜਦੋਂ ਉਹਨੇ ਕਿਹਾ ਡੇਰਾ ਸਾਹਿਬ ਵੀ ਜਿਹੜਾ ਜਾਣਗੇ ਗੁਰਬਚਨ ਸਿੰਘ ਨੇ ਕਿਹਾ, ਉਹ ਕਹਿੰਦੇ ਕੋਈ ਗੱਲ ਨਹੀਂ, ਜਦੋਂ ਵੋਟਾਂ ਲੰਘੀਆਂ ਆ ਕੇ ਇੱਥੇ ਮੱਥਾ ਟੇਕ ਲਿਆ ਤੇ ਡਰਾਮਾ ਜਿਹਾ ਕਰਕੇ ਅਕਾਲ ਤਖ਼ਤ ਦੀ ਜਿਹੜੀ ਤਨਖਾਹ ਲਾਉਣ ਦੀ ਵਿਧੀ ਆ ਉਹਦੀ ਇੰਨੀ ਹੇਠੀ ਕੀਤੀ। ਹੁਣ ਅਕਾਲ ਤਖ਼ਤ ਦੀ ਸ਼ਾਨ ਕਿਹਨੇ ਰੋਲੀ? ਬਾਦਲ ਕਿਆਂ ਨੇ? ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਚੈਲੰਜ ਕਿਹਨੇ ਕੀਤਾ? ਬਾਦਲ ਕਿਆਂ ਨੇ? ਜਥੇਦਾਰ ਨੂੰ ਵਰਤਿਆ ਕਿਹਨੇ? ਬਾਦਲ ਕਿਆਂ ਨੇ? ਤੇ ਜਥੇਦਾਰ ਦੀ ਹੇਠੀ ਕਿਹਨੇ ਕੀਤੀ ਪਦਵੀ ਦੀ? ਬਾਦਲ ਕਿਆਂ ਨੇ? ਤੇ ਉਂਝ ਹੀ ਸਿੱਖ ਜਿਹੜੇ ਦੂਜੇ ਨੇ ਬਾਦਲ ਦੇ ਉਲਟ ਨੇ, ਜਿਹੜੇ ਪੰਥਕ ਲੋਕ ਨੇ, ਜਿਹੜੇ ਸਿੱਖੀ ਨੂੰ ਪਿਆਰ ਕਰਦੇ ਲੋਕ ਨੇ, ਉਹ ਬੜੇ ਮਾੜੇ ਹੈਗੇ। ਹੁਣ ਇਹੋ ਜਿਹੇ ਲੋਕ ਜਿਹੜੇ ਨੇ ਬਾਦਲ ਦਲ ਵਾਲੇ, ਇਹ ਆ ਉਹ ਅਕਾਲੀ ਸਿਆਸਤ ਜਿਹਦੇ ਤੋਂ ਸਾਡੇ ਕਈ ਭਲੇ ਭਲੇ ਬੰਦੇ ਕਹਿੰਦੇ ਆ ਇਹ ਚੋਂ ਕੁਛ ਨਿਕਲੂਗਾ, ਇਹ ਚੋਂ ਨਿਕਲੂ ਕੁਛ, ਜਦੋਂ ਤੱਕ ਇਹ ਆਸ ਕਰੀ ਰੱਖਾਂਗੇ ਵੀ ਇਹਨਾਂ ਚੋਂ ਕੁਛ ਨਿਕਲੂਗਾ, ਉਹਨਾਂ ਟਾਈਮ ਆਪਾਂ ਪੰਥ ਦੇ ਦੁਸ਼ਮਣਾਂ ਦਾ ਇੱਕ ਤਰੀਕੇ ਨਾਲ ਸਾਥ ਦੇ ਰਹੇ। ਜਦੋਂ ਤੱਕ ਇਹ ਮੰਨਾਂਗੇ ਨਾ ਕਿ ਇਹਨਾਂ ਚੋਂ ਕੁਛ ਨਿਕਲ ਆਉਣਾ, ਇਹਨਾਂ ਤੋਂ ਕੀ ਨਿਕਲਣਾ ਹੈ ਇਹ ਤਾਂ। ਔਰ ਦੂਜੀ ਗੱਲ ਹੋਰ ਇਹ ਨਾ ਕਿ ਇਹ ਨਾ ਦਿਮਾਗ 'ਚ ਬਿਠਾ ਦਿਓ ਵੀ ਜਿਹੜੇ ਇਹਨਾਂ ਨੂੰ ਛੱਡ ਜਾਂਦੇ ਆ, ਇਹ ਤਾਂ ਰਕਤ ਬੀਜ ਆ। ਰਕਤ ਬੀਜ ਇੱਕ ਕਹਿੰਦੇ ਹੁੰਦੇ ਸੀ ਵੀ ਜਿੱਥੇ ਉਹਦਾ ਖੂਨ ਡਿੱਗ ਪੈਂਦਾ ਸੀ ਨਾ, ਬਈ ਉੱਥੇ ਉਹ ਜਿਹੇ ਹੋਰ ਪੈਦਾ ਹੋ ਜਾਂਦੇ ਸੀ। ਆ ਜਿਹੜੇ ਇਹਨਾਂ ਨੇ ਹੋਰ ਆ ਢੀਂਡਸੇ ਤੇ ਆ ਜਿਹੜੇ ਦੂਜੇ ਪੈਦਾ ਕੀਤੇ ਆ, ਉਹ ਵੀ ਸਾਰੇ ਇਸੇ ਕੈਟਾਗਰੀ ਦੇ ਨੇ, ਉਹਨਾਂ ਦਾ ਦਾ ਨਹੀਂ ਲੱਗਿਆ।
ਨਾਲ ਹੀ ਹੁੰਦੇ ਸੀ ਜਦੋਂ ਗੰਦ ਪਾਇਆ ਉਦੋਂ ਬ੍ਰਹਮਪੁਰਾ ਵੀ ਨਾਲ ਸੀ, ਢੀਂਡਸਾ ਵੀ ਨਾਲ ਸੀ। ਜਿੱਦਣ ਸੈਣੀ ਨੂੰ ਡੀਜੀਪੀ ਲਾਇਆ ਸੀ ਉਦਣ ਛੱਡ ਕੇ ਆ ਜਾਂਦੇ ਵੀ ਅਸੀਂ ਵੀ ਤੇਰੇ ਨਾਲ ਰਹਿਣਾ ਹੋਏ। ਜਿੱਦਣ ਇਜ਼ਹਾਰ ਆਲਮ ਨੂੰ ਲਾਇਆ ਸੀ ਪੰਜਾਬ ਦੇ ਵਿੱਚ, ਅਕਾਲੀ ਦਲ ਦੇ ਵਿੱਚ ਭਰਤੀ ਕੀਤਾ ਸੀ, ਉਹਨੂੰ ਛੱਡ ਕੇ ਆ ਜਾਂਦੇ। ਤੇ ਹੋਇਆ ਤਾਂ ਇਹ ਪਿਆ ਵੀ ਜਿਨ੍ਹਾਂ ਨੇ ਸਿੱਖਾਂ ਉੱਤੇ ਜ਼ੁਲਮ ਕੀਤੇ ਆ, ਕਾਂਗਰਸ ਤਾਂ ਲੈਣ ਤੋਂ ਇਨਕਾਰ ਕਰ ਸਕਦੀ ਆ ਕਿਸੇ ਨੂੰ ਇਹੋ ਜਿਹੇ? ਕਾਂਗਰਸ ਤਾਂ ਲੈਂਦੀ ਫਿਰਦੀ ਆ ਹਰਮਿੰਦਰ ਸਿੰਘ ਗਿੱਲ ਵਰਗੇ, ਕਾਂਗਰਸ ਤਾਂ ਲੈਂਦੀ ਫਿਰਦੀ ਆ ਉਹਨਾਂ ਨੂੰ ਜਿਹੜੇ ਬਾਬਾ ਜਰਨੈਲ ਸਿੰਘ ਦੇ ਸੰਗੀ ਸਾਥੀ ਰਹੇ ਹੁਣ ਕਿਸੇ ਵੇਲੇ ਜੇ ਸਿਆਸਤ ਵਿੱਚ ਸਰਕਾਰ ਬਣਾਉਣਾ ਕਹਿੰਦੇ ਸਾਡੇ ਨਾਲ ਆ ਜੀ। ਇਹ ਲੱਭਦੇ ਫਿਰਦੇ ਆ ਸਿੱਖਾਂ ਦੇ ਕਾਤਲ, ਜਿਹੜੇ ਨਕੋਦਰ ਗੋਲੀ ਕਾਂਡ ਵਾਲਾ ਦਰਬਾਰਾ ਸਿੰਘ ਗੁਰੂ ਆ, ਜਾਂ ਹੋਰ ਉਹ ਜਿਹੇ ਜਿੰਨੇ ਵੀ ਵੈਰੀ ਦੁਸ਼ਮਣ ਜੇ ਨੇ। ਜੇ ਕਿਤੇ ਗੋਵਿੰਦ ਰਾਮ ਚਾਹੁੰਦਾ ਹੁੰਦਾ ਕੇ ਪੀ ਇਸ ਗੱਲ ਨੂੰ, ਇਹ ਪੰਜਾਬ ਦਾ ਆਰਾਮ ਦੇ ਨਾਲ ਅਕਾਲੀ ਦਲ ਦਾ ਸਰਪ੍ਰਸਤ ਥਾਪਣ ਨੂੰ ਤਿਆਰ ਹੋ ਜਾਣਾ ਸੀ ਇਹੋ ਜਿਹੇ ਨੇ, ਜੇ ਉਹ ਚਾਹੁੰਦਾ ਹੋਵੇ। ਕੋਈ ਉਹ ਨਹੀਂ ਮੰਨਦੇ, ਗੱਲ ਵੱਖਰੀ ਆ, ਇਹਨਾਂ ਵੱਲੋਂ ਕਸਰ ਕੋਈ ਨਹੀਂ। ਸੋ ਜਿਹੜਾ ਇੰਨਾ ਮਾੜਾ ਹਾਲ ਇਹਨਾਂ ਲੋਕਾਂ ਨੇ ਅਕਾਲੀ ਸਿਆਸਤ ਦਾ ਕੀਤਾ, ਉਹਦੇ ਨਾਲ ਸਭ ਤੋਂ ਵੱਡੀ ਸੱਟ ਵੱਜੀ ਆ ਸਿੱਖ ਕੌਮ ਦੇ ਹੱਕਾਂ ਨੂੰ ਤੇ ਸਿੱਖ ਕੌਮ ਦੇ ਹਿੱਤਾਂ। ਇਹਨਾਂ ਨੇ ਕਦੋਂ ਦਾ ਪੰਜਾਬੀ ਪਾਰਟੀ ਬਣਾ ਲਈ, ਤੇ ਜਿਹੜੇ ਬੰਦੇ ਅੱਜ ਸਾਡੇ ਸਾਹਮਣੇ ਬੜੇ ਸੱਚੇ ਜੇ ਬਣ ਬਣ ਕੇ ਦਿਖਾਉਂਦੇ ਆ, ਅਕੱਲ ਪਰਸੋਂ ਭਾਈ ਜਸਵੀਰ ਸਿੰਘ ਰੋਡੇ ਵੀ ਲੱਗੇ ਹੋਏ ਸੀਗੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਾਂ ਦੇ ਭਤੀਜੇ ਆ, ਕਿਸੇ ਵੇਲੇ ਇੰਨਾ ਉਹਨਾਂ ਦੇ ਪ੍ਰਤੀ ਪੰਥ ਦਾ ਸਤਿਕਾਰ ਸੀਗਾ ਵੀ ਜੇਲ੍ਹ 'ਚ ਬੈਠਿਆਂ ਨੂੰ ਜਥੇਦਾਰ ਥਾਪਿਆ, ਤੇ ਅੰਦਰ ਬੈਠਿਆਂ ਨੂੰ ਉਹ ਜਿਹੜੀ ਕਿਤਾਬ ਲਿਖੀ ਆ ਉਹਨੇ ਮਲੋਆ ਕ੍ਰਿਸ਼ਨ ਧਰ ਨੇ, ਓਪਨ ਸੀਕਰਟ ਖੁੱਲੇ ਭੇਤ ਪੰਜਾਬੀ 'ਚ ਵੀ ਮਿਲਦੀ, ਉਹਦੇ ਵਿੱਚ ਸਾਰੇ ਹਾਲ ਹਵਾਲ ਲਿਖੇ ਆ। ਜੇਕਰ ਉਹਨੂੰ ਆਪਾਂ 1% ਵੀ ਸੱਚ ਮੰਨ ਲਈਏ, ਕਿਉਂਕਿ ਬਾਹਲਾ ਉਹਦੇ 'ਤੇ ਵੀ ਯਕੀਨ ਕਰਨਾ ਔਖਾ, ਝੂਠ ਵੀ ਲਿਖਦੇ ਹੁੰਦੇ ਆ ਸਰਕਾਰੀ ਬੰਦੇ, ਪਰ ਜੋ ਕੁਛ ਬਾਅਦ ਵਿੱਚ ਇੱਥੇ ਆ ਕੇ ਭਾਈ ਸਾਹਿਬ ਨੇ ਜੇਲ੍ਹ ਤੋਂ ਨਿਕਲ ਕੇ ਕੀਤਾ ਉਹਦੀ ਸਾਰਾ ਲੇਖਾ ਜੋਖਾ ਆਪਣੇ ਸਾਹਮਣੇ ਆ। ਤੇ ਹੁਣ ਜਦੋਂ ਸਾਰਾ ਪੰਥ ਕਲਪਦਾ ਸੀ ਵੀ ਇਹ ਜਿਹੜਾ ਬਾਦਲ ਦਲ ਨੇ ਰਾਹ ਫੜਿਆ ਹੋਇਆ ਸਿੱਖੀ ਦੀਆਂ ਜੜ੍ਹਾਂ ਵੱਢਦਾ, ਉਦੋਂ ਤਾਂ ਰੋਡੇ ਪਰਿਵਾਰ ਤੇ ਹੋਰ ਬਹੁਤ ਸਾਰੇ ਕਹਿੰਦੇ ਜੀ ਅਸੀਂ ਤਾਂ ਇਹਨਾਂ ਨਾਲ, ਤੇ ਹੁਣ ਸਾਨੂੰ ਦੱਸਣ ਲੱਗੇ ਆ ਪੰਥ ਨੂੰ ਕਹਿੰਦੇ ਅਕਾਲੀ ਦਲ ਤਾਂ ਰਿਹਾ ਨੀ ਗਾ ਜੀ, ਇਹਦਾ ਪੰਜਾਬੀ ਪਾਰਟੀ ਬਣ ਗਈ, ਇਹਨਾਂ ਨੇ ਆਹ ਕਰਤਾ ਉਹ ਕਰਤਾ। ਤੇ ਕਿਉਂਕਿ ਅੱਜ ਸਿੱਖਾਂ ਦੇ ਵਿੱਚ ਜੇ ਕਿਸੇ ਨੇ ਸਤਿਕਾਰ ਲੈਣਾ ਹੈ ਨਾ, ਉਹ ਬਾਦਲਕਿਆਂ ਨੂੰ ਚਾਰ ਗਾਲਾਂ ਕੱਢ ਦੇਵੇ ਭੰਡ ਦੇਵੇ ਤਾਂ ਲੋਕ ਕਹਿੰਦੇ ਬੜਾ। ਤੇ ਅਸਲ ਵਿੱਚ ਇਹ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਜਿਹੜਾ ਬਾਦਲ ਦੇ ਨਾਲ ਰਿਹਾ ਉਹ ਬਾਦਲ ਹੀ ਆ, ਇਹ ਸਾਰੇ ਉਹੀ, ਇਹਨਾਂ ਤੋਂ ਭਲੇ ਦੀ ਆਸ ਨਾ, ਇਹਨਾਂ ਤੋਂ ਕੋਈ ਸਿੱਖੀ ਦੀ ਚੜ੍ਹਦੀ ਕਲਾ ਦੀ ਆਸ ਨਾ ਰੱਖੋ। ਇਹ ਸਾਰੇ ਉਹ ਨੇ ਜਦੋਂ ਜਥੇ ਨਾਲ ਗੁਰਚਰਨ ਸਿੰਘ ਟੌੜਾ ਸਰਬਿੰਦ ਅਕਾਲੀ ਦਲ ਬਣਾਇਆ ਉਹਨੂੰ ਇਹ ਭੰਡਦੇ ਹੁੰਦੇ ਸੀ, ਇਹ ਕਾਂਗਰਸ ਦਾ ਏਜੰਟਾ, ਕਾਂਗਰਸ ਦਾ ਏਜੰਟ, ਜਿਹੜੇ ਅੱਜ ਬਾਦਲ ਨਾਲ ਲੜ ਕੇ ਟੌੜੇ ਨੂੰ ਭੰਡਦੇ ਹੁੰਦੇ ਸੀ, ਕਹਿੰਦੇ ਜੀ ਇਹ ਕਾਂਗਰਸ ਦਾ ਏਜੰਟਾ। ਅੱਜ ਉਹਨਾਂ ਨੇ ਕੋਹ ਜਿਹਾ ਰੱਖਿਆ ਹੋਇਆ, ਹੋਰ ਚੀਮਾ ਕਹਿੰਦੇ ਹਨ, ਡਾਕਟਰ ਦਲਜੀਤ ਸਿੰਘ ਚੀਮਾ, ਉਹ ਪਤੰਦਰ ਆਪਦੇ ਆਪ ਨੂੰ ਸਾਰਿਆਂ ਤੋਂ ਸੁਪਰੀਮ ਅਕਾਲੀ ਬਣਿਆ ਫਿਰਦਾ, ਪਿੱਛੇ ਜੀ ਉਹਦੀਆਂ ਫੋਟੋਆਂ ਆਈਆਂ ਪੁੱਠੇ ਜੱਜ ਕਰਦੇ ਦੀਆਂ, ਹਵਨ ਹੁਵਨ ਜੇ ਉਹ ਵੀ ਬੜੇ ਕਰਦਾ, ਤੇ ਉਸ ਦਲਜੀਤ ਸਿੰਘ ਚੀਮੇ ਦਾ ਇੱਕੋ ਹੀ ਰਾਗ, ਇਹ ਭਾਜੀ ਕਾਂਗਰਸ ਦੇ ਬੰਦੇ ਆ ਜੀ, ਪਾਕਿਸਤਾਨ ਵਾਲੇ। ਉਹ ਭਾਈ ਕਾਂਗਰਸ ਕਿਹੜਾ ਕੁੱਤਾ ਕੰਮ ਆ ਜਿਹੜਾ ਤੁਹਾਡੇ ਵਾਲਾ ਨਹੀਂ ਕਰਦੀ, ਤੇ ਤੁਸੀਂ ਉਹ ਕਿਹੜਾ ਕੰਮ ਆ ਜਿਹੜਾ ਨਹੀਂ ਕੀਤਾ? ਸਿੱਖਾਂ ਦੇ ਮੁੰਡਿਆਂ ਦੇ ਕਾਤਲਾਂ ਨੂੰ ਤੁਸੀਂ ਨਿਵਾਜਦੇ ਹੋ, ਕਾਂਗਰਸ ਵੀ ਨਿਵਾਜਦੀ ਆ, ਸਿੱਖੀ ਦਾ ਕਾਂਡ ਤੁਸੀਂ ਵੀ ਨੀ ਕਰਨ ਲੱਗੇ ਦੇਖਦੇ, ਉਹ ਵੀ ਨੀ ਦੇਖਦੇ, ਤੇ ਸਾਡੇ ਲਈ ਤੁਹਾਡੇ ਤੇ ਉਹਨਾਂ ਚ ਫਰਕ ਕੀ ਆ ਸਾਨੂੰ ਦੱਸ ਤਾਂ ਦਿਓ, ਕਾਂਗਰਸੀ ਤੇ ਅਕਾਲੀ ਦਲ ਚ ਫਰਕ ਕੀ ਹੁੰਦਾ? ਤੁਸੀਂ ਚਾਹੇ ਉਧਰ ਜਾਓ, ਤੁਹਾਡੇ ਚ ਕੀ ਫਰਕ ਹੈ ਜੀ? ਸੋ ਇਹ ਜਿਹੜੀਆਂ ਸਿਆਸੀ ਜਿਹੜੀਆਂ ਚਲਾਕੀਆਂ ਨੇ, ਇਹਦੇ ਵਿੱਚ ਇੱਕ ਗੱਲ ਜਿਹੜੀ ਇੱਥੇ ਵਾਪਰ ਰਹੀ ਆ ਉਹ ਹੈਗੀ ਆ ਕਿ ਸਿੱਖ ਸਿਆਸਤ ਕੀ ਆ ਤੇ ਅਕਾਲੀ ਸਿਆਸਤ। ਅਕਾਲੀ ਸਿਆਸਤ ਆਪਾਂ ਸਾਰੇ ਡਿਸਕਸ ਕਰੀ ਜਾਂਦੇ ਹਾਂ, ਰੋਜ਼ ਹੀ ਕਰਦੇ ਹਾਂ, ਉਹੀ ਗੱਲਾਂ ਨੇ, ਉਹੀ ਕਹਾਣੀਆਂ ਨੇ, ਪਰ ਸਿੱਖ ਸਿਆਸਤ ਦੇ ਮੁੱਦੇ ਮਸਲੇ ਹੋਣ। ਹੁਣ ਸਭ ਤੋਂ ਪਹਿਲਾਂ ਹੈਗਾ ਸਿੱਖੀ ਅਤੇ ਸਿੱਖਾਂ ਦੀ ਜਿਹੜੀ ਦੁਰਗਤੀ ਹੋ ਰਹੀ ਆ ਆਜ਼ਾਦ ਭਾਰਤ ਵਿੱਚ, ਬੜੇ ਇਹੋ ਜਿਹੇ ਟਟਪੁੰਜੀਏ ਪੈਦਾ ਕਰ ਦਿੱਤੇ ਆ ਜਿਹੜੇ ਸਿੱਖਾਂ ਦੀ ਗੈਰਤ ਨੂੰ ਦਰਕਾਰ। ਇੱਕ ਆ ਸੂਰੀ ਸੂਰੀ ਜਿਹਾ ਹੈ, ਉਹਨੇ ਪਿਛਲੇ ਦਿਨਾਂ ਚ ਬੜਾ ਗੰਦ ਵਖਿਆ ਸਿੱਖਾਂ ਦੇ ਖਿਲਾਫ, ਕੱਲ ਨੂੰ ਇੱਥੇ ਅੰਮ੍ਰਿਤਸਰ ਦੇ ਵਿੱਚ ਉਹਦੇ ਖਿਲਾਫ਼ ਮੀਟਿੰਗ ਵੀ ਹੋ ਰਹੀ ਆ ਨੌਜਵਾਨ ਜਥੇਬੰਦੀਆਂ ਦੀ। ਤੇ
ਮੈਨੂੰ ਉਹਦੇ ਬਾਰੇ ਕਈ ਚਲੋ ਵਿਚਾਰ ਹੁੰਦੇ ਆ ਸਾਰਿਆਂ ਦੇ ਹੀ ਹੁੰਦੇ ਆ ਮੇਰਾ ਇਹ ਹੈ ਇੱਕ ਵਾਰੀ ਸਰਦਾਰ ਕਪੂਰ ਸਿੰਘ ਜੀ ਤੋਂ ਮੈਂ ਇਹ ਗੱਲ ਸਿੱਧ ਲਈ ਹੈ ਜਦੋਂ ਲਾਲਾ ਜਗਤ ਨਾਰਾਇਣ ਠੋਕਤਾ ਤਾਂ ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀਗੇ ਇਹ ਤਾਂ ਸਿੱਖਾਂ ਨੂੰ ਚਲਾਉਂਦਾ ਹੁੰਦਾ ਇਹ ਇੰਨਾ ਕੁ ਉੱਠਾ ਬੋਲਦਾ ਸੀਗਾ ਵੀ ਜਿਹੜੀ ਬ੍ਰਾਹਮਣਵਾਦ ਦੇ ਅੰਦਰ ਸਿੱਖੀ ਦੇ ਖਿਲਾਫ ਨਫ਼ਰਤ ਆ ਉਹਨੂੰ ਇਹ ਜੱਗ ਜ਼ਾਹਿਰ ਕਰਦਾ ਸੀਗਾ ਤੇ ਏਦਾਂ ਦੀ ਗੱਲ ਸੀ ਹੁਣ ਮੈਂ ਇਹ ਕਹਿੰਦਾ ਕਿ ਜਿਹੜੇ ਆ ਜਵਾਕ ਸਾਡੇ ਹੁਣ ਮੁੰਡੇ ਸਾਡੀ ਉਮਰ ਤੋਂ ਛੋਟੇ ਨੇ ਕਿਉਂਕਿ ਅਸੀਂ 84 ਵੀ ਦੇਖਿਆ ਅਸੀਂ ਬਾਅਦ ਵਿੱਚ ਵੀ ਹਿੰਦੁਸਤਾਨੀ ਹਕੂਮਤ ਦਾ ਜ਼ੁਲਮ ਦੇਖਿਆ ਜਿਹੜਾ ਸਾਰਾ ਕੁਛ ਇਹ ਵਾਪਰਿਆ ਪਿਛਲੇ ਦੌਰ ਵਿੱਚ ਸਾਨੂੰ ਤਾਂ ਉਹਦਾ ਅਹਿਸਾਸ ਆ ਪਿੰਡੇ ਤੇ ਹੰਡਾਇਆ ਰੂਹ ਤੇ ਹੰਡਾਇਆ ਔਰ ਅੰਦਰੋਂ ਧੁਰ ਅੰਦਰੋਂ ਉਹ ਸਾਰੀਆਂ ਗੱਲਾਂ ਦਾ ਦਰਦ ਹੁਣ ਅਸੀਂ ਤਾਂ ਸਾਡੇ ਵਾਲੀ ਪੀੜ੍ਹੀ ਨੇ ਜੇ ਦੇਖਿਆ ਜਾਂ ਹੰਡਾਇਆ ਜਾਂ ਆਲੇ ਦੁਆਲੇ ਸਾਰਾ ਕੁਛ ਹੋਇਆ ਸਾਡੇ ਤਾਂ ਸਾਨੂੰ ਉਹ ਤੋਂ ਅਕਲ ਪਰ ਆਹ ਜਿਹੜੀ ਨਵੀਂ ਪਨੀਰੀ ਆ ਇਹ ਅੱਜ ਕੱਲ੍ਹ ਕਿਉਂਕਿ ਕੰਪਿਊਟਰ ਯੁੱਗ ਦੇ ਨਿਆਣੇ ਆ ਜੀ ਇਹਨਾਂ ਨੂੰ ਕਿਵੇਂ ਅਸੀਂ ਸਮਝਾਈਏ ਸੋ ਆਹ ਸੂਰੀ ਵਰਗੀ ਕਪੀੜ ਜਦੋਂ ਬੋਲਦੀ ਹੈ ਉਦੋਂ ਫਿਰ ਸਾਡੇ ਬੱਚੇ ਬੱਚਿਆਂ ਨੂੰ ਸਮਝ ਲੱਗਦੀ ਆ ਕਈ ਨੌਜਵਾਨ ਮੁੰਡਿਆਂ ਨੇ ਕਈ ਬੱਚੀਆਂ ਸਾਡੀਆਂ ਕੁੜੀਆਂ ਧੀਆਂ ਭੈਣਾਂ ਨੇ ਵੀ ਸਾਡੀਆਂ ਨੇ ਉਹਦਾ ਵਿਰੋਧ ਕੀਤਾ ਤੇ ਇਹ ਸਹੀ ਗੱਲ ਆ ਕਿ ਵਿਰੋਧ ਕਰਨਾ ਚਾਹੀਦਾ ਤੇ ਏਦਾਂ ਹੀ ਇਹਨਾਂ ਨੂੰ ਸਮਝ ਲੱਗੂ ਕਿ ਇੱਦਾਂ ਦੇ ਸੂਰੀ ਵਰਗੇ ਉਦੋਂ 100 ਲੰਡਰ ਹੁੰਦੇ ਸੀ ਜਿਹੜੇ ਚੜ੍ਹਦੀ ਸਵੇਰ ਉੱਠ ਕੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਬੋਲਦੇ ਸੀ ਨਾ ਅਕਾਲੀ ਉਦੋਂ ਉਹਨਾਂ ਨੂੰ ਕੁਛ ਕਹਿੰਦੇ ਸੀ ਨਾ ਅੱਜ ਉਦੋਂ ਵੀ ਉਮਰਾ ਨੰਗਲ ਵਰਗੇ ਬਾਦਲ ਵਰਗੇ ਨਰਕ ਧਾਰੀਆਂ ਨੂੰ ਇਜਾਜ਼ਤ ਦਿੰਦੇ ਸੀ ਕਿ ਭੌਂਕ ਲਓ ਇੱਥੇ ਸਿੱਖੀ ਦੇ ਖਿਲਾਫ ਤੇ ਸਿੱਖਾਂ ਦੇ ਖਿਲਾਫ ਅਸੀਂ ਨੇ ਤੁਹਾਨੂੰ ਕੁਛ ਕਿਹਾ ਅੱਜ ਵੀ ਆ ਜਿੰਨੇ ਸੂਰੀ ਹੋਣੀ ਜਾਂ ਹੋਰ ਨੇ ਬੜੇ ਨੇ ਇਹਨਾਂ ਸਾਰਿਆਂ ਦੀ ਸਰਪ੍ਰਸਤੀ ਬਾਦਲ ਸਰਕਾਰ ਮੁੱਕੇ ਇਹ ਜਿਹੜਾ ਪੰਪ ਮਾਰਿਆ ਨਾ ਬਾਦਲ ਕਿਆਂ ਨੇ ਕਿ ਤੁਸੀਂ ਇਹਨਾਂ ਖਾਲਿਸਤਾਨੀਆਂ ਨੂੰ ਪੰਥਕ ਲੋਕਾਂ ਨੂੰ ਗੁਰਸਿੱਖਾਂ ਨੂੰ ਭੰਡੋ ਅਸੀਂ ਦੇਖਾਂਗੇ ਤੁਹਾਨੂੰ ਕੋਈ ਕੀ ਕਹਿੰਦਾ ਕਿਹੜਾ ਲੰਡੂ ਆ ਇਹਨਾਂ ਚੋਂ ਜਿਹਦੇ ਨਾਲ ਵੱਡੇ ਬਾਦਲ ਦੀ ਜਾਂ ਛੋਟੇ ਬਾਦਲ ਦੀ ਫੋਟੋ ਨਹੀਂ ਹੈ ਦਫ਼ਤਰਾਂ ਤੇ ਲਾਈ ਬੈਠੇ ਆ ਜਦੋਂ ਕੋਈ ਸਿੱਖ ਦੇਖਦਾ ਅਗਲੇ ਦਾ ਮਰਨ ਹੋਇਆ ਪਿਆ ਹੁੰਦਾ ਵੀ ਨੀਲੀਆਂ ਪੱਗਾਂ ਵਾਲੇ ਇਹਨੂੰ ਦੇ ਨਾਲ ਖੜੇ ਆ ਜਿਹੜੇ ਪੁਲਿਸ ਵਾਲੇ ਨੇ ਇਹ ਸਾਡੇ ਰਕਿਆਂ ਨੂੰ ਲਿਜਾ ਕੇ ਥਾਣੇ ਪੁੱਛਣਗੇ ਤੁਹਾਨੂੰ ਫਲਾਣੇ ਤਾਂ ਤੂੰ ਬੈਸਟਨ ਜੂਨੀਅਰ ਰਾਹੀਂ ਇੰਨੇ ਪੈਸੇ ਆ ਇਹ ਦੱਸੋ ਕਿੱਥੇ ਕਰ ਸਿੱਖਾਂ ਦੇ ਮੁੰਡੇ ਇਹ ਜਿਹੜੇ ਥਾਣੇਦਾਰ ਡੀਐਸਪੀ ਐਸਐਸਪੀ ਆ ਜਿਹੜੇ ਡੀਸੀ ਡੂਸੀ ਜੇ ਲੱਗੇ ਹੋਏ ਨੇ ਸਿੱਖਾਂ ਤੋਂ ਜਿਹੜੇ ਆ ਲੀਡਰ ਬਣੇ ਫਿਰਦੇ ਆ ਇਹਨਾਂ ਨੂੰ ਕਦੋਂ ਨੀ ਦੁੱਖ ਆਉਂਦਾ ਵੀ ਸੂਰੀ ਵਰਗੇ ਸਾਡੇ ਧਰਮ ਦੇ ਖਿਲਾਫ ਸਾਡੇ ਗੁਰੂ ਸਾਹਿਬਾਨ ਦੇ ਖਿਲਾਫ ਸਾਡੀਆਂ ਧੀਆਂ ਭੈਣਾਂ ਦੇ ਖਿਲਾਫ ਵੀ ਇੰਨੀ ਜ਼ਿਆਦਾ ਬਕਵਾਸ ਕਰਦੇ ਕਿਉਂ ਨੀ ਆਉਂਦਾ ਕਿਉਂਕਿ ਇਹ ਸਿੱਖ ਨੀ ਇਹ ਅਕਾਲੀ ਅਕਾਲੀ ਤੋਂ ਵੀ ਕਹਾਂ ਅਕਾਲੀ ਵਾ ਆੜਾ ਮੂਹਰੋਂ ਲੈ ਗਿਆ ਇਹ ਸਾਰੇ ਦੇ ਸਾਰੇ ਲੋਕ ਜਿਹੜੇ ਨੇ ਭਾਰਤ ਮਾਤਾ ਕੇ ਲਾਲ ਨੇ ਇਹ ਕਲਗੀ ਧਰ ਦੇ ਲਾਲ ਨੀ ਹੈਗੇ ਐਨੀਅਨ ਦੇ ਦਰਸ਼ਕੀ ਜਿਹੜੇ ਦਾੜੇ ਕਈ ਮੂੰਹ ਸਰ ਮੁੰਨੇ ਹੋਏ ਆ ਮੁੰਡਿਆਂ ਦੇ ਸਾਡਿਆਂ ਦੇ ਭਗਤ ਪੁਣੇ ਚ ਨਸ਼ੇੜੀ ਵੀ ਹੋਣਗੇ ਉਹਦਾ ਗਰਜ ਗਰਜ ਕੇ ਇਹਨਾਂ ਦਾ ਵਿਰੋਧ ਕਰ ਰਹੇ ਨੇ ਪਰ ਸਾਰਾ ਅਕਾਲੀ ਲੌਂਗ ਲਾਣਾ ਕਾਂਗਰਸੀ ਲੌਂਗ ਲਾਣਾ ਹੋਰ ਸਾਰੇ ਉਹ ਸੂਰੀ ਵਰਗਿਆਂ ਨੂੰ ਕੁਛ ਕਹਿੰਦੇ ਤੇ ਜੇ ਸੂਰੀ ਵਰਗਿਆਂ ਦੇ ਚਾਰ ਲਫੜੇ ਕੋਈ ਮਾਰ ਗਿਆ ਕੁੰਦਾ ਸਿੰਘ ਅੱਕਿਆ ਹੋਇਆ ਫਿਰ ਕਹਿਣਗੇ ਜੀ ਹਿੰਸਾ ਹੋ ਗਈ ਹਿੰਸਾ ਬੜੀ ਮਾੜੀ ਆ ਇਹਦੇ ਮਗਰ ਪਾਕਿਸਤਾਨ ਇਹਦੇ ਮਗਰ ਅਮਰੀਕਾ ਕੈਨੇਡਾ ਤੋਂ ਬੈਠੀਆਂ ਹੋਈਆਂ ਵੱਡੀਆਂ ਵਿਦੇਸ਼ੀ ਤਾਕਤਾਂ ਨੇ ਅੱਜ ਨਹੀਂ ਬੋਲਣਾ ਜਿਹੜੇ ਆ ਸੂਰੀ ਵਰਗੀਆਂ ਲਗੌੜਾਂ ਨੇ ਇਹਨਾਂ ਨੂੰ ਪੈਦਾ ਕਰਨ ਚ ਇੱਥੇ ਤੱਕ ਲਿਆਉਣ ਚ ਆ ਸਾਰੇ ਜਿਹੜੇ ਜਿਹਨਾਂ ਦੇ ਚਰਚੇ ਕਰਦੇ ਆ ਅਕਾਲੀ ਧੜੇ ਇਹ ਸਾਰੇ ਢੀਂਡਸੇ ਭੂਸੇ ਹੋਣੀ ਵਿੱਚ ਆ ਬ੍ਰਹਮਪੁਰੇ ਹੋਣੀ ਇਹ ਇਹਨਾਂ ਸਾਰਿਆਂ ਦਾ ਹੀ ਹੈਗਾ ਊਂ ਤਾਂ ਜੀ ਅਸੀਂ ਮਾਝੇ ਦੇ ਜਰਨੈਲ ਆ ਤੇ ਜੇ ਮਾਝੇ ਦੇ ਵਿੱਚ ਸਿੱਖੀ ਦੇ ਉੱਤੇ ਕੋਈ ਅਟੈਕ ਆ ਗਿਆ ਉਦੋਂ ਵਿਕਰਮ ਮਜੀਠੀਏ ਨੂੰ ਕੋਈ ਦੁੱਖ ਦਰਦ ਨਹੀਂ ਦੂਜਾ ਹੈਗਾ ਵੀ ਟਾਡਾ ਲੱਗਿਆ ਸੀ ਕਿਸੇ ਟਾਈਮ ਫਿਰ ਆ ਗਿਆ ਕੋਟਾ ਹੁਣ UAPA ਆ UAPA ਲਾ ਕੇ ਪੰਜਾਬ ਦੇ ਵਿੱਚ ਘੱਟੋ ਘੱਟ 200 ਸਿੱਖ ਨੌਜਵਾਨ ਜਿਹੜਾ ਹੈ ਉਹ ਟੰਗਿਆ ਤੇ ਉਹ ਐਕਟ ਜਿਹੜਾ ਹੈ ਜੇ ਤਾਂ ਉਈ ਮੇਰੇ ਵਰਗੇ ਤੇ ਪਿਸਤੌਲ ਫੜ ਕੇ ਪਾ ਦੇਣ ਤਾਂ ਖੜੇ ਪੈਰ ਜਮਾਨਤ ਹੋ ਜਾਂਦੀ ਆ ਤੇ ਜੇ ਦੇਸੀ ਪਿਸਤੌਲ ਫੜਿਆ ਜਾਵੇ ਸਾਬਤ ਕਰਦੇ ਹੁਣ ਸਾਬਤ ਕਰ ਹੀ ਦਿੰਦੇ ਆ ਬਾਹਲੀ ਵਾਰ ਧੂੜ ਸੱਚ ਦੇ ਬਣਾ ਕੇ ਤਾਂ ਉਹਦੇ ਚ ਹੁੰਦੀ ਆ 3 ਸਾਲ ਸਜ਼ਾ ਤੇ ਜੇਕਰ ਵਿਦੇਸ਼ੀ ਹੋਵੇ ਫਿਰ 5 ਸਾਲ ਕਹਿੰਦੇ ਆ ਸਾਡੇ ਕੋਲੋਂ ਕੇਸ ਪਾ ਕੇ ਝੂਠਾ ਪਿਸਤੌਲ ਪਾ ਕੇ ਇਹ ਸਾਰਾ ਕੁਛ ਕਰ ਦਿੰਦੇ ਤੇ ਹੁਣ ਉਹਦੇ ਚ ਛਡਕਾਰਾ ਛੇਤੀ ਹੋ ਜਾਂਦਾ ਸੀ ਕਈ ਵਾਰ ਸਾਬਤ ਵੀ ਨਹੀਂ ਸੀ ਹੁੰਦਾ
ਸੋ ਇਹਨਾਂ ਨੇ ਸੋਚਿਆ ਵੀ ਸਿੱਖਾਂ ਦੇ ਜਿਹੜੇ ਮੁੰਡੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ ਉਹਨਾਂ ਦਾ ਹੱਲ ਕੀ ਕਰੀਏ। ਉਹ ਬਾਦਲ ਸਾਹਿਬ ਨੇ ਜਿਹੜਾ ਰਾਹ ਦਿਖਾਇਆ, ਬਾਦਲ ਦੇ ਵੇਲੇ ਤੋਂ ਕੰਮ ਸ਼ੁਰੂ ਹੋਇਆ ਯੂਏਪੀਏ ਲਾ ਕੇ ਤੇ ਉਹ ਬੰਦਿਆਂ ਨੂੰ ਅੰਦਰ ਸਿੱਟਣ ਦਾ, ਹੁਣ ਤੱਕ ਚੱਲ ਰਿਹਾ ਤੇ ਉਹਦੇ ਵਿੱਚ ਯੂਏਪੀਏ ਨਾਲ ਲਾ ਦਿੰਦੇ ਆ ਪਿਸਤੌਲ ਦੇ, ਫਿਰ ਘੱਟੋ ਘੱਟ 4-5 ਸਾਲ ਤਾਂ ਬੰਦਾ ਅੰਦਰੋਂ ਨਿਕਲਦਾ। ਯੂਏਪੀਏ ਟਾਡਾ ਵਾਲਾ ਕੋਟਾ ਇਹ ਉਹ ਅਕਾਲੀ ਦਲ ਆ ਜੀ, ਕਹਿੰਦੇ ਹਜੇ ਵੀ ਦਾਵਾ ਕਰਦੇ ਆ ਵੀ ਐਮਰਜੈਂਸੀ ਖਰਾਬ ਲੜੇ ਸੀ, ਤੁਸੀਂ ਲੜੇ ਸੀ ਐਮਰਜੈਂਸੀ ਖਰਾਬ। ਉਹ ਅਕਾਲੀ ਹੋਰ ਸੀ, ਉਹ ਅਕਾਲੀ ਦਲ ਹੋਰ ਸੀ, ਉਹ ਵਿਚਾਰੇ ਸੰਤ ਸੀ, ਇਹ ਤਾਂ ਸਾਰੇ ਚੋਰ ਨੇ, ਉਹ ਅਕਾਲੀ ਹੋਰ ਸੀ, ਇਹ ਅਕਾਲੀ ਹੋਰ। ਸੋ ਇਹਨਾਂ ਲੋਕਾਂ ਨੇ ਟਾਡਾ ਪੋਟਾ ਵਰਗੇ ਇੱਕ ਹੋਰ ਐਕਟ ਯੂਏਪੀਏ ਦਾ ਇਹਨਾਂ ਨੇ ਹਮਾਇਤ ਕੀਤੀ। ਜਦੋਂ ਵਿੱਚ ਹੁਣ ਸੋਧ ਕੀਤੀ ਆ ਉਹਦੇ ਚ ਮੋਦੀ ਹੋਣਾ ਨੇ, ਅਮਿਤ ਸ਼ਾਹ ਹੋਣਾ ਨੇ, ਉਦੋਂ ਵੀ ਆਪਣੇ ਅਕਾਲੀ ਭਰਾ ਨਾਲ ਸੀ, ਕਹਿੰਦੇ ਜੀ ਬਿਨਾਂ ਸ਼ਰਤ ਸਮਰਥਨ ਜਿੱਥੇ ਮਰਜ਼ੀ ਬੂਟਾ ਲਵਾ। ਤੇ ਬੀਬਾ ਹਰਸਿਮਰਤ ਕੌਰ ਤੇ ਐਵੇਂ ਤਾਂ ਨੀ ਵਜ਼ੀਰ ਬਣਾਈ ਅਗਲਿਆਂ ਨੇ। ਉਹ ਰਿਜ਼ਲਟ ਕੀ ਨਿਕਲਿਆ? ਆ ਜਿਹੜੇ ਸਾਡੇ ਕੌਮ ਦੇ ਅੱਡ ਅੱਡ ਮੁਲਕਾਂ ਚ ਬੈਠੇ ਸਿੱਖਾਂ ਨੂੰ ਅੱਤਵਾਦੀ ਗਰਦਾਨਿਆ ਗਿਆ, ਉਹਦੇ ਵਿੱਚ ਸਾਡੇ ਅਕਾਲੀ ਭਰਾਵਾਂ ਦਾ ਵੀ ਬਰਾਬਰ ਯੋਗਦਾਨ। ਤੇ ਜਿਹੜੀਆਂ ਕਾਲੀਆਂ ਸੂਚੀਆਂ ਉਹ ਅਕਾਲੀ ਸਰਕਾਰ ਦੇ ਮੌਕੇ ਵੀ ਉਵੇਂ ਵੱਧਦੀਆਂ ਫੁੱਲਦੀਆਂ ਰਹੀਆਂ। ਸੋ ਸਾਨੂੰ ਦੱਸੋ ਤਾਂ ਸਹੀ ਕਿ ਇਹਨਾਂ ਨੂੰ ਸੱਤਾ ਤੇ ਲਿਆਉਣ ਦਾ ਪੰਥ ਨੂੰ ਕੀ ਫਾਇਦਾ? ਪੰਜਾਬ ਦੇ ਵਿੱਚ ਜਿੰਨੇ ਯੂਏਪੀਏ ਵਾਲੇ ਐਕਟ ਲਾ ਕੇ, ਟਾਡਾ ਐਕਟ ਲਾ ਕੇ ਜਾਂ ਹੋਰ ਐਕਟ ਲਾ ਕੇ 235 ਦੱਸਦੇ ਆ ਕੇਸ ਇਸ ਟਾਈਮ, ਜਿਹਨਾਂ ਵਿੱਚੋਂ 162 ਬੰਦੇ ਜਾਂ ਤਾਂ ਡਿਸਚਾਰਜ ਹੋ ਗਏ ਜਾਂ ਉਹ ਬਰੀ ਹੋ ਗਏ। ਠੀਕ ਹੈ ਜੀ, ਜਾਂ ਤਾਂ ਡਿਸਚਾਰਜ ਕਰਨਾ ਪਿਆ ਜੱਜ ਤੇ ਜਿਹੜੀ 64 ਜਿਹੜੀਆਂ ਕੇਸ ਉਹਨਾਂ ਚੋਂ ਕਨਵੈਕਸ਼ਨ ਜਿਹੜੀ ਆ ਉਹ ਸਿਰਫ 3 ਕੇਸਾਂ ਚੋਂ ਹੋਈ ਤੇ ਉਹਨਾਂ ਚੋਂ ਜਿਹੜੇ 2 ਨੇ ਉਹ ਉੱਪਰਲੀਆਂ ਅਦਾਲਤਾਂ ਦੇ ਵਿੱਚੋਂ ਜਾ ਕੇ ਬਰੀ ਹੋ ਤੇ 1 ਜਿਹੜਾ ਹੈਗਾ ਬੇਲ ਤੇ ਆ। ਹੁਣ ਗੱਲ ਇਹ ਆ ਕਿ ਜਿਹੜਾ ਇਹ ਐਕਟ ਵਾ ਇਹਨੇ ਕੋਈ ਬਹੁਤ ਕਾਰਗਰ ਤਾਂ ਨਹੀਂ ਦਿਖਾਈ ਪਾਉਂਦਾ, ਪਰ ਘੱਟੋ ਘੱਟ ਪੰਜਾਬ ਦੇ 500 ਪਰਿਵਾਰ ਦਾ ਐਨ ਕੰਘਾ ਕਰ ਤੇ ਇਹ ਐਕਟ ਸਾਡੇ ਸਤਿਕਾਰਯੋਗ ਅਕਾਲੀ ਦਲ ਦਾ ਜੀ ਸਾਡੇ ਥੋਪਿਆ ਹੋਇਆ ਜਾਂ ਨਾਲ ਇਹ ਰਲੇ। ਕਾਂਗਰਸ ਜ਼ੁਲਮ ਕਰੇ, ਚੀਕਾਂ ਮਾਰਦੇ ਆ, ਕਾਂਗਰਸ ਬੜੀ ਮਾੜੀ ਆ ਤੇ ਬੜਾ ਔਖਾ ਆ ਤੇ ਹੁਣ ਜਿਹੜਾ ਆਹ ਸਾਡੇ ਤੇ ਕੀਤਾ। ਸੋ ਇਹ ਜਿਹੜਾ ਯੂਏਪੀਏ ਆ ਜਿਹਦੀ ਕਿਰਪਾ ਹੋਈ ਆ ਆਪਣੇ ਸਾਰਿਆਂ ਤੇ, ਸਾਡੇ ਇੱਥੇ ਬੜੇ ਇਹ ਇੱਕ ਮੈਂ ਕਈ ਵਾਰ ਮੈਨੂੰ ਕਈ ਭਰਾ ਕਹਿ ਦਿੰਦੇ ਆ ਵੀ ਭਾਨ ਸਾਹਿਬ ਤੁਸੀਂ, ਮੈਂ ਕਿਹਾ ਦੇਖੋ ਜਿੱਦਣ ਇਹਨਾਂ ਨੇ ਟੰਗਣਾ ਇਹਨਾਂ ਨੇ ਯੂਏਪੀਏ ਲਾਉਣਾ, ਮੇਰੇ 5-7 ਸਾਲ ਕਿਹੜੇ ਗਏ ਤੇ ਆਪਾਂ ਮੈਂਟਲੀ ਤੌਰ ਤੇ ਤਿਆਰ ਹਾਂ ਕਿਉਂਕਿ ਹੁਣ ਇਹ ਤਾਂ ਹੋ ਨਹੀਂ ਸਕਦਾ ਵੀ ਇਹ ਆਪਾਂ ਨੂੰ ਬਖਸ਼ਣ, ਕਿਉਂਕਿ ਇਹ ਤਾਂ ਡੀਕ ਰਹੇ ਆ ਵੀ ਕਦੋਂ ਧੱਕੇ ਚੜ੍ਹਦਾ ਤੇ ਇਹ ਇਹਨਾਂ ਦਾ ਇਹ ਹਾਲ। ਸੋ ਯੂਏਪੀਏ ਟਾਡਾ ਪੋਟਾ ਵਰਗਾ ਇੱਕ ਹੋਰ ਕਾਨੂੰਨ ਆ ਜਿਹਦੇ ਰਾਹੀਂ ਮਨੁੱਖਤਾ ਦਾ ਘਾਣ ਹੋ ਰਿਹਾ ਤੇ ਜਿੰਨਾ ਜਿਹੜੇ ਅਕਾਲੀ ਆਪਦੇ ਆਪ ਨੂੰ ਸਰਬੱਤ ਦਾ ਭਲਾ ਮੰਗਣ ਵਾਲਾ ਦਾ ਦਾਵਾ ਕਰਦੇ ਸੀ ਉਹਨਾਂ ਦੇ ਵਾਰਸ, ਇਹਨਾਂ ਦਾ ਹਾਲ ਇਹ ਆ ਵੀ ਇਹ ਉਹਦੇ ਹਮਾਇਤ ਵਿੱਚ ਪੂਰੀ ਤਰ੍ਹਾਂ ਭੁਗਤੀ। ਤੇ ਉਸ ਤੋਂ ਅੱਗੇ ਗੱਲ ਹੈ ਕਿ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ, ਇਹ ਸੀ ਅਕਾਲੀ ਦਲ ਦਾ ਕੰਮ, ਪੰਥ ਅਤੇ ਪੰਜਾਬ ਦੇ ਹੱਕਾਂ ਦੀ ਗੱਲ। ਹੁਣ ਹਰਿਆਣੇ ਵਾਲੇ ਕਹਿੰਦੇ ਆ ਕਿ 75% ਨੌਕਰੀਆਂ ਹਰਿਆਣੇ ਦੇ ਵਾਰਸਾਂ ਨੂੰ ਹੋਣੀਆਂ ਚਾਹੀਦੀਆਂ, ਕਾਨੂੰਨ ਬਣਾਤਾ। ਤੇ ਇੱਥੇ ਅਸੀਂ ਇਸ ਮੰਗ ਨੂੰ ਲੈ ਕੇ ਪੰਜਾਬ ਚ ਕਾਫੀ ਐਜੀਟੇਸ਼ਨ ਕੀਤੀ ਕਿ ਪੰਜਾਬ ਦੇ ਵਿੱਚ ਦੂਜੇ ਸੂਬਿਆਂ ਤੋਂ ਆਏ ਹੋਏ ਲੋਕਾਂ ਕਰਕੇ ਕੁਛ ਇੱਥੇ ਜਿਹੜਾ ਪਿਛਲੇ ਯੁੱਗ ਗਰਦੀ ਚੱਲ ਰਹੀ ਆ, ਕੁਛ ਹੋਰ ਮਾਹੌਲ ਹੈ, ਵੀ ਸਾਡੀ ਕੌਮ ਦੀ ਜਵਾਨੀ ਜਿਹੜੀ ਆ ਉਹ ਬਹੁਤ ਮਾੜੇ ਮਾਹੌਲ ਵਿੱਚ ਆ। ਸੋ ਜਿਹੜੇ ਤਾਂ 4 ਪੈਸੇ ਜਿਹਦੇ ਕੋਲੇ ਹੈ ਜਾਂ ਕੋਈ ਭੈਣ ਭਰਾ ਮਦਦ ਕਰ ਦਿੰਦਾ, ਆਈਲੈਟਸ ਵਗੈਰਾ ਕਰਕੇ ਮੁੰਡੇ ਕੁੜੀਆਂ ਬਾਹਰ ਨੂੰ ਭੱਜੀ ਜਾਂਦੇ ਆ, ਉਹ ਇੱਥੇ ਸਾਡੇ ਵੀ ਔਖਾ। ਬੈਂਕ ਜਾਓ ਤਾਂ ਹਿੰਦੀ ਬੋਲੀ ਬੋਲਣ ਵਾਲਾ ਬੈਠਾ, ਜੇ ਕਿਸੇ PCO ਤੇ ਕਿਸੇ ਹੋਰ ਕਿਸੇ ਵੀ ਥਾਂ ਤੇ ਜਾਓ ਹਿੰਦੀ ਬੋਲਣ ਵਾਲੇ। ਉਹ ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਇੱਥੇ ਵੀ ਹੋਣਾ ਚਾਹੀਦਾ ਕਿ ਪਹਿਲੋਂ ਡੋਮੀਸਾਈਲ ਜਿਹਨਾਂ ਦਾ ਪੰਜਾਬ ਦਾ ਹੈ ਵੀ ਘੱਟੋ ਘੱਟ 70-75% ਪੰਜਾਬ ਦੇ ਮੁੰਡਿਆਂ ਨੂੰ ਨੌਕਰੀਆਂ ਮਿਲਣ, ਜੇ ਕਿਸੇ ਨੇ 10 ਮੁੰਡੇ ਰੱਖਣੇ ਆ ਤਾਂ 7 ਮੁੰਡੇ ਪੰਜਾਬ ਦੇ ਜਦੋਂ ਕਾਨੂੰਨ ਬਣਿਆ ਉਹ ਭਰਾਪੇ ਰੱਖਣਗੇ। ਹੁਣ ਉਹ ਕਹਿੰਦੇ ਆ ਸਾਨੂੰ ਸਸਤੀ ਲੇਬਰ ਮਿਲਦੀ ਆ ਜੀ ਯੂਪੀ ਬਿਹਾਰ ਤੋਂ, ਸਸਤੀ ਲੇਬਰ ਦੇ ਨਾਂ ਤੇ ਸਾਡੇ ਪੰਜਾਬ ਦੀ ਜਵਾਨੀ ਜਿਹੜੀ ਹੈ ਉਹਦੇ ਲਈ ਬੜੀ ਜਿਹੜੀ ਆ ਔਖ ਹੋ ਰਹੀ।
हरियाणे ते हिमाचल दे विच बीजेपी वाले ये कर सकते हैं। कदे पंजाब दे अकालियां ने सोचा साडा इन्हां ने रज के विरोध किया। मैं उत्थे लुधियाणे थाणे च रहा उदों जदों असीं ये एजिटेशन कर रहे सी, ते जदों मैं इन्हां ते बड़ा रखदा सी, खास तौर ते जिहड़े कुछ पुलिस अफसर दूजियां स्टेटां तों आ के काम करदे आ। ਮੈਨੂੰ ਸ਼ਿੰਗਾਰ ਸਿਨੇਮਾ ਬੰਬ ਕਾਂਡ ਦੇ ਵਿੱਚ ਹੋਏ ਬੰਬ ਧਮਾਕੇ ਆਰਡੀਐਕਸਾਂ ਦੇ ਵਿੱਚ ਫਸਾਉਣ ਦਾ ਕਾਰਨ ਹੀ ਉਹ ਬਣਿਆ। ਉੱਥੇ ਮੈਨੂੰ ਸ਼ਿੰਗਾਰ ਸਿਨੇਮਾ ਬੰਬ ਕਾਂਡ ਬਾਰੇ ਤਾਂ ਪੁੱਛਣ ਨਾ, ਮੈਨੂੰ ਤਾਂ ਸਿਰਫ ਇਹ ਕਹਿਣ ਕਿ ਤੁਸੀਂ ਇੱਥੇ ਐਜੀਟੇਸ਼ਨ ਕਰਦੇ ਹੁੰਦੇ ਸੀ ਨਾ ਮਾਈਗ੍ਰੇਟ ਲੇਬਰ ਦੇ ਖਿਲਾਫ ਦੂਜੇ ਸੂਬਿਆਂ ਤੋਂ ਆਏ। ਮੈਂ ਕਿਹਾ ਨਹੀਂ ਜੀ, ਅਸੀਂ ਤਾਂ ਆਪਦੇ ਰੋਣੇ ਰੋਂਦੇ ਆ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਕੰਮ ਮਿਲਣਾ ਚਾਹੀਦਾ। ਅਸੀਂ ਇੱਥੋਂ ਦੇ ਵਾਰਸ ਹਾਂ, ਸਾਡੀ ਧਰਤੀ ਆ, ਸਾਨੂੰ ਸਭ ਤੋਂ ਪਹਿਲਾਂ ਹੱਕ ਸਾਡਾ ਬਣਦਾ। ਜਿਵੇਂ ਪੰਜਾਬ ਦੇ ਪਾਣੀਆਂ ਉੱਤੇ ਸਾਡਾ ਸਭ ਤੋਂ ਪਹਿਲਾਂ ਹੱਕ ਬਣਦਾ, ਬਸ ਉਸੇ ਖਹਿਜ ਵਿੱਚ ਮੈਨੂੰ ਟੰਗਿਆ ਸੀ ਤੇ ਮੇਰੇ 3-4 ਸਾਲ ਨਾਭੇ ਜੇਲ੍ਹ ਉਦੋਂ ਲਵਾਏ ਸੀ। ਅੱਜ ਹਰਿਆਣੇ ਦੇ ਲੋਕਾਂ ਨੇ ਤਾਂ ਉਹ ਸਰਕਾਰ ਚੁਣ ਲਈ, ਪਰ ਇਹਨਾਂ ਦੀ ਭਾਜਪਾ ਨਾਲ ਸਾਂਝ ਰਹੀ ਆ, ਕਦੇ ਸੋਚਿਆ ਇਹਨਾਂ ਨੇ? ਤੇ ਅੱਜ ਤਾਂ ਧਰਨੇ ਬੜੇ ਦੇ ਰਿਹਾ ਸਕਤੀਵਾਲ, ਅੱਜ ਬੜੇ ਥਾਂ ਤੇ ਧਰਨੇ ਨੇ। ਹੋਰ ਹੈ ਜੀ, ਕਹਿੰਦੇ ਜੀ ਬੜੀ ਮਹਿੰਗਾਈ ਹੋ ਗਈ, ਤੇਲ ਬੜਾ ਮਹਿੰਗਾ ਕਰਤਾ ਮੋਦੀ ਨੇ, ਕਰਤਾ ਮੋਦੀ ਨੇ ਕਾਂਗਰਸ ਦੇ ਖਿਲਾਫ, ਇੱਥੇ ਤੇ ਧਰਨੇ ਆ। ਔਰ ਜਦੋਂ ਪਿੱਛੇ ਜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਤੋਂ ਬਾਅਦ ਧਰਨੇ ਹੋ ਰਹੇ ਸੀ, ਉਦੋਂ ਤਾਂ ਇਲਹਾਮ ਹੋ ਗਿਆ ਸੀ ਇਹਨਾਂ ਨੂੰ। ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਫਰਮਾਉਂਦੇ ਹੁੰਦੇ ਸੀ ਵੀ ਜਿਨ੍ਹਾਂ ਨੂੰ ਕੋਈ ਘਰੇ ਨਹੀਂ ਪੁੱਛਦਾ ਅੱਗੇ ਧਰਨਿਆਂ ਤੇ ਬਹਿ ਜਾਂਦੇ, ਤੇ ਹੁਣ ਭਾਈ ਤੁਹਾਨੂੰ ਘਰੇ ਨਹੀਂ ਕੋਈ ਪੁੱਛਦਾ ਅਗਲਾ ਧਰਨਿਆਂ ਤੇ ਆ ਕੇ ਬਹਿ ਗਏ। ਸਿੱਖਾਂ ਨੂੰ ਜਿੰਨਾ ਜਲੀਲ ਇਸ ਟੱਬਰ ਨੇ ਕੀਤਾ, ਜਿੰਨਾ ਸਿੱਖੀ ਦੀ ਹੇਠੀ ਇਸ ਟੱਬਰ ਨੇ ਕੀਤੀ, ਇਹ ਅਕਾਲੀ ਸਿਆਸਤ ਆ ਜੀ। ਤੇ ਸਿੱਖ ਸਿਆਸਤ ਜਿਹੜੀ ਆ ਉਹ ਕੁਛ ਹੋਰ, ਉਧਰ ਧਰਮ ਆ, ਨੇਕੀ ਆ, ਸੱਚਾਈ, ਇਹ ਸਿੱਖ ਸਿਆਸਤ ਨਹੀਂ ਜਿਹੜੀ ਇੱਕ। ਫਿਰ ਪਿੱਛੇ ਜੇ ਇੱਕ ਇੱਥੇ ਬੁੱਚੜ ਪੁਲਸੀਆ ਜੋਗਿੰਦਰ ਬਾਈ, ਸਾਰੇ ਬੁੱਚੜਾਂ ਦੇ ਨਾਲ ਇਹਨਾਂ ਦੀ ਸਾਂਝ ਹੁੰਦੀ, ਉਹਦਾ ਰਿਸ਼ਤੇਦਾਰ ਬੜਾ ਕਰਤੇ, ਕਹਿੰਦਾ ਜੀ ਸਾਡੇ ਉਹਦੀ ਗੱਲ ਨਾ ਕਰਿਆ ਕਰੋ, ਸਾਡੇ ਟੱਬਰ ਦੀ ਬਦਨਾਮੀ ਹੁੰਦੀ ਆ। ਆ ਭਾਈ ਉਹਦਾ ਜਿਵੇਂ ਟੱਬਰ ਕਲਪਦਾ ਸੀਗਾ, ਆ ਜਿਹੜੇ UAPA ਵਰਗੇ ਝੂਠੇ ਐਕਟ ਲਾਈ ਜਾਂਦੇ ਆ, ਝੂਠੇ ਕੇਸ ਕੋਲੋਂ ਪਸਤੌਲ ਪਾ ਪਾ ਕੇ ਬਣਾਈ ਜਾਂਦੇ ਆ ਨਾ ਪੁਲਸੀਏ, ਚੇਤੇ ਤੁਸੀਂ ਵੀ ਰੱਖ ਲਓ, ਕਿਉਂਕਿ FIR ਦੇ ਵਿੱਚ ਤੁਹਾਡਾ ਵੀ ਨਾਂ ਨਾਲ ਹੀ ਹੁੰਦਾ ਵੀ SHO ਜੋਗਿੰਦਰ ਸਿੰਘ ਨੇ, SHO ਬਲਵਿੰਦਰ ਸਿੰਘ ਨੇ ਫੜਿਆ। ਤੇ ਉਸ ਮੁੰਡੇ ਨੂੰ ਵੀ ਪਤਾ ਹੁੰਦਾ, ਉਹਦੇ ਘਰਦਿਆਂ ਨੂੰ ਵੀ ਪਤਾ ਹੁੰਦਾ, ਸਾਰੀ ਦੁਨੀਆਂ ਨੂੰ, ਜੱਜ ਨੂੰ ਵੀ ਪਤਾ ਹੁੰਦਾ ਕਿ ਝੂਠਾ ਪਾਇਆ। ਤੇ ਜਿਵੇਂ ਲਿਸਟਾਂ ਪਹਿਲਾਂ ਦੀਆਂ ਬਣੀਆਂ ਨੇ, ਜਿਵੇਂ ਪਹਿਲਾਂ ਵਾਲੇ ਕਲਪਦੇ ਆ, ਉਵੇਂ ਭਾਈ ਤੁਸੀਂ ਵੀ ਕਲਪਿਆ ਕਰਨਾ। ਇਹ ਸਦਾ ਤਾਂ ਤੁਹਾਨੂੰ ਅਕਾਲੀ ਦਲ ਦਾ ਰਾਜ ਰਹਿਣਾ ਨੀ, ਸਦਾ ਤਾਂ ਕਾਂਗਰਸ ਦਾ ਰਾਜ ਰਹਿਣਾ ਨੀ। ਇੱਕ ਰਾਜ ਉਹਦਾ ਵੀ ਚੱਲਦਾ ਜਿਹੜਾ ਉੱਪਰ ਬੈਠਾ ਦੇਖਦਾ ਨਾ, ਜਿਹੜਾ ਜਿੱਥੇ ਕਹਿੰਦੇ ਆ ਨਾ ਵੀ ਜਿੱਥੇ ਸੱਚੋ ਹੀ ਸੱਚ ਨਿਬੜੇ। ਸੋ ਜਿਹੜੇ ਪਾਪ ਤੇ ਜ਼ੁਲਮ ਕਰਨ ਵਾਲੀ ਧਿਰ ਦੇ ਨਾਲ ਖੜ ਕੇ ਅੱਜ ਸਿੱਖਾਂ ਦੇ ਬੱਚਿਆਂ ਦੇ ਉੱਤੇ ਝੂਠੇ ਮੁਕੱਦਮੇ ਬਣਾ ਬਣਾ ਕੇ ਉਹਨਾਂ ਨੂੰ ਜਲੀਲ ਕਰ ਰਹੇ ਆ, ਥਾਣਿਆਂ 'ਚ ਰੋਲ ਰਹੇ ਆ, ਉਹ ਸੋਚ ਲੈਣ ਕਿ ਜਿਵੇਂ ਜੋਗਿੰਦਰ ਬਾਈ ਦੇ ਰਿਸ਼ਤੇਦਾਰ ਕਲਪਦੇ ਫਿਰਦੇ ਆ, ਤੁਹਾਡੇ ਵੀ ਪੁੱਤ ਦੀ ਜੇ ਏਦਾਂ ਹੀ ਕਰਦੇ। ਉਹ ਜਿਹੜਾ ਮਾਹੌਲ ਇਹਨਾਂ ਪੁਲਿਸ ਵਾਲਿਆਂ ਨੇ, ਸਿਆਸਤਦਾਨਾਂ ਨੇ ਤੇ ਲੀਡਰਾਂ ਨੇ, ਇਹਨਾਂ ਬਾਦਲ ਦਲੀਆਂ ਨੇ ਰਲ ਕੇ ਬਣਾਤਾ ਨਾ ਕਾਂਗਰਸ ਦੇ ਸਾਰਿਆਂ ਨੇ, ਉਹ ਇਹ ਆ ਕਿ ਹਰੇਕ ਜਿਹੜਾ ਸਿੱਖੀ ਦੀ ਚੜ੍ਹਦੀ ਕੋਲਾ ਲੋਚਦਾ ਨਾ ਜੀ ਬੰਦਾ, ਉਹ 35-40 ਲੱਖ ਰੁਪਇਆ ਕੋਲੇ ਆਪਦੇ ਰੱਖੇ, ਕਿਉਂਕਿ ਜੇ ਥਾਣੇਦਾਰ ਨੇ ਫੜ ਲਿਆ ਵੀ ਤੇਰੇ ਤੇ ਪਸਤੌਲ ਪਾ ਕੇ UAPA ਲਾਉਣਾ, ਉਹਨੂੰ ਕਹਿ ਸਕਦੇ ਹੋਈਏ ਕਿ ਆ ਲੈ 5 ਲੱਖ ਲੈ ਲਾ ਤੂੰ, ਤਾਹਨੂੰ ਜੇ ਪਸਤੌਲ ਕੱਲਾ ਪਾਉਣਾ ਉਹ ਪਾ ਦੇ UAPA ਨਾਲ, ਆ ਜੇ ਪਸਤੌਲ ਤੋਂ ਵੀ ਰਹਿਣ ਦਿਵਿਆਂ 5 ਲੱਖ ਹੋਰ ਲੈ ਲਾ। ਉਹ ਜਿਵੇਂ ਪਹਿਲਾਂ ਸਾਡੇ ਮੁੰਡਿਆਂ ਨੂੰ ਚੱਕ ਕੇ ਫਰੌਤੀਆਂ ਲੈਂਦੇ ਹੁੰਦੇ ਸੀ, ਆ ਟਾਡਾ ਪੋਟਾ ਵਾਂਗੂ ਇਹ ਨਾਂ ਲਾਉਣ ਦੇ ਲਈ ਲੋਕੀ ਪੈਸੇ ਆਫਰ ਕਰਿਆ ਕਰਨਗੇ ਜਿਹੋ ਜਿਹਾ ਮਾਹੌਲ ਬਣਦਾ। ਇਹ ਬਿਰਤਾ ਪਾਈ ਕਿਹਨੇ? ਇਹ ਪਾਈ ਆ ਬਾਦਲਕਿਆਂ ਨੇ, ਤੇ ਬਾਦਲਕਿਆਂ ਨੇ ਤਾਂ ਕਰਨਾ ਸੀ ਵਿਰੋਧ ਇਹੋ ਜਿਹੇ ਜ਼ਾਲਮ ਤੇ ਬੁੱਚੜ ਕਾਨੂੰਨਾਂ ਦਾ ਵੀ ਤੁਸੀਂ ਸਾਡੀ ਕੌਮ ਦਾ ਘਾਣ ਕਰੋਗੇ, ਘੱਟ ਗਿਣਤੀਆਂ ਦਾ ਘਾਣ, ਪਰ ਤਾਂ ਕਰਦੇ ਨਾ ਜੇ ਇਹ ਸਿੱਖ ਹੁੰਦੇ। ਇਹ ਤਾਂ ਅਕਾਲੀ ਨੇ, ਅਕਾਲੀ ਵੀ ਉਹ ਨੇ ਜਿਹਨਾਂ ਦੇ ਮੂਹਰੇ ਵਾੜਾ ਉੱਡਿਆ ਹੋਇਆ, ਸੋ ਇਹਨਾਂ ਤੋਂ ਕੀ ਆਸ ਕਰਨੀ ਬਣਦੀ ਸੀ? ਸੋ ਇਹਨਾਂ ਲੋਕਾਂ ਨੇ ਪੰਥ ਅਤੇ ਪੰਜਾਬ ਦਾ ਇਹੋ ਜਿਹਾ ਹਿਸਾਬ ਕਿਤਾਬ ਬਣਾਤਾ ਕਿ ਵਹਿਮਾਂ ਭਰਮਾਂ ਦੇ ਵਿੱਚ ਦੁਨੀਆ ਫਸ ਰਹੀ ਹੈ, ਬਹੁਤ ਮਾੜਾ ਹਾਲ ਨਿਕਲ ਗਿਆ ਸਾਰਾ ਸਮਾਜ। ਹੁਣ ਆਪਸ ਵਿੱਚ ਹੀ ਲੜ ਲਈਆ ਜਿਹੜਾ ਇਹਨਾਂ ਦਾ ਹੋ ਰਿਹਾ, ਉਹਦੇ ਵਿੱਚ ਕੋਈ ਕਵੇ ਵੀ ਨਹੀਂ ਜੀ ਬਾਦਲ ਨੂੰ ਜੇ ਹਰਾਉਣਾ ਢੀਂਡ ਸੇ ਉਹਨਾਂ ਦਾ ਸਾਥ ਦੇ ਦਿਓ, ਢੀਂਡ ਸੇ ਉਹਨਾਂ ਨੂੰ ਜੇ ਜੀ ਨਹੀਂ ਬ੍ਰਹਮਪੁਰ, ਇਹ ਗੱਲਾਂ ਦਾ ਕੋਈ ਫਾਇਦਾ ਨਹੀਂ। ਅਸਲ ਵਿੱਚ ਸਿੱਖਾਂ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਹਮਰਾ ਕੋਈ ਨਹੀਂ ਹੈ ਜੀ, ਹਮਰਾ ਸਤਿਗੁਰ ਪਿਆਰਾ ਜੀ। ਜੇ ਸਿੱਖੀ ਨੂੰ ਬਚਾਉਣਾ ਸਿੱਖਾਂ ਨੇ ਤਾਂ ਆਪ ਦਾ ਸਿਰ ਆਪ ਗੁੰਦਣਾ ਪੈਣਾ, ਆਪ ਦੀ ਗੱਲ ਆਪ ਦਾ
ਝੰਡਾ ਆਪਦਾ ਨਿਸ਼ਾਨ ਆਪਦਾ ਸੰਵਿਧਾਨ ਆਪਦਾ ਰਾਜ ਭਾਗ ਲੈ ਦੇਣਾ ਗੁਜ਼ਾਰਾ ਨਹੀਂ ਹੈਗਾ। ਤੇ ਇੱਕ ਗੱਲ ਹੋਰ, ਜਿਹੜੇ ਇਹ ਬਾਦਲ ਕਿਆ ਤੋਂ ਕੋਈ ਆਸ ਕਰਦਾ ਹੋਵੇ ਵੀ ਕੱਲ ਕਲਾਨੂੰ ਜੀ ਵਧੀਆ ਬਦਲ ਵੀ ਸਕਦੇ ਆ, ਇਹ ਪੋਦੀ ਇਹਨਾਂ ਦੀ ਯਾਰੀ ਰਹਿਣੀ ਆ ਜਨਸੰਘ ਭਾਜਪਾ ਜੋ ਆਰ ਐਸ ਐਸ ਜੋ ਮਰਜ਼ੀ ਕਹਿ ਲਓ ਸੰਘ ਪਰਿਵਾਰ ਨਾਲ। ਤੇ ਉਹਨਾਂ ਨੇ ਕੀ ਕਰਨਾ ਹੈ, ਉਹਨਾਂ ਨੇ ਜਿਵੇਂ ਇੰਦਰਾ ਕਹਿੰਦੇ ਸਿੱਖਾਂ ਤੇ ਸਿੱਖੀ ਦੀ ਦੁਸ਼ਮਣ ਸੀ ਬਣੀ ਹੋਈ, ਉਹਦਾ ਜਵਾਬ ਉਹਨਾਂ ਨੇ ਅਡਵਾਨੀ ਚ ਲੱਭਿਆ ਸੀ ਇੰਡੀਆ ਦੇ ਹਿੰਦੂਆਂ ਨੇ ਵੀ ਇਹਦੇ ਨਾਲੋਂ ਅਡਵਾਨੀ ਜ਼ਿਆਦਾ ਜਬਰ ਵਾ ਅਡਵਾਨੀ ਹੋ ਗਿਆ, ਅਡਵਾਨੀ ਹੁਣੀ ਆ ਗਏ ਪੂਰੇ। ਵਾਜਪੇਈ ਦਾ ਚਿਹਰਾ ਸੀ, ਪੁਰਖ ਦਾ ਅਡਵਾਨੀ ਚ ਆਉਂਦਾ ਸੀ। ਫਿਰ ਅਡਵਾਨੀ ਦੀ ਥਾਂ ਲੈਣ ਲਈ ਨਰਮ ਨਹੀਂ ਆਇਆ, ਜਦੋਂ ਅਡਵਾਨੀ ਨੂੰ ਸਾਰੇ ਭੰਡ ਰਹੇ ਸੀ ਨਾ ਆਪਾਂ, ਉਦੋਂ ਫਿਰ ਆਇਆ ਮੋਦੀ ਸ਼ਰੇਆਮ। ਆਪਦੇ ਮੁੱਖ ਮੰਤਰੀ ਦੇ ਰਾਜਕਾਲ ਦੌਰਾਨ ਉਹਨੇ ਮਨੁੱਖਤਾ ਦਾ ਘਾਣ ਕਰਾਇਆ, ਉਹ ਅੱਗੇ ਸੱਜ ਗਿਆ ਕੁਸ, ਉਹ ਬਣਿਆ ਕਾਤਲ ਪ੍ਰਧਾਨ ਮੰਤਰੀ। ਫਿਰ ਉਹਦਾ ਥਾਂ ਲੈਣ ਦੇ ਲਈ ਜਿਹੜਾ ਹੁਣ ਨੀ ਖੈਰ ਕਰ ਰਿਹਾ ਯੋਗੀ ਆਦਿੱਤਿਆਨਾਥ, ਉਹਨੂੰ ਤਿਆਰ ਕਰੀ ਬੈਠੀ। ਭਾਈ ਜਿਹਨਾਂ ਨੇ ਮੁਲਕ ਦੀ ਕਮਾਂਡ ਸਾਂਭਣੀ ਆ, ਜਿਹੜਾ ਹਿੰਦੂ ਕੱਟੜਵਾਦ ਆ ਉਹ ਦਿਨੋ ਦਿਨ ਹੋਰ ਵੱਧ ਜਰਮ ਤੇ ਹੋਰ ਵੱਧ ਗੁੱਚੜ ਨੂੰ ਕੁਰਸੀ ਤੇ ਬਿਠਾ ਰਹੇ ਨੇ, ਜਿਹਨਾਂ ਨਾਲ ਰਲ ਕੇ ਚੱਲਣਾ ਇਹਨਾਂ ਦੀ ਲੋੜ ਆ, ਇਹਨਾਂ ਬਾਦਲਕਿਆਂ ਦੀ, ਉਹਨਾਂ ਤੋਂ ਬਗੈਰ ਗੁਜ਼ਾਰਾ ਨਹੀਂ। ਉਧਰੋਂ ਕਾਂਗਰਸ ਹਿੱਟ ਚੜ੍ਹਦੀ, ਆਪਾਂ ਬਾਦਲ ਚੁਣ ਲਿਆਉਂਦੇ ਹਾਂ, ਬਾਦਲ ਹਿੱਟ ਚੜ੍ਹਦਾ ਇਹ ਉੱਤਰ ਕਾਟੋਂ ਮੈਂ ਚੜ੍ਹਾਂ ਵਾਲੀ ਖੇਡ ਦੇ ਵਿੱਚ ਆਪਾਂ ਆਪਦਾ ਘਾਣ ਕਰਾਈ ਜਾਂਦੇ। ਸੋ ਮੇਰਾ ਇਹ ਮੰਨਣਾ ਹੈ ਕਿ ਇਹਨਾਂ ਕਾਲੇ ਕਾਨੂੰਨਾਂ ਦਾ, ਸਿੱਖ ਸਮਾਜ ਵਿੱਚ ਆਏ ਨਿਘਾਰ ਦਾ, ਵਿਦੇਸ਼ਾਂ ਨੂੰ ਜਾਂਦੀ ਸਿੱਖ ਜਵਾਨੀ ਦਾ, ਅਯਾਸ਼ੀ ਤੇ ਬਦਮਾਸ਼ੀ ਦੇ ਰਾਹ ਤੋੜ ਰਹੀ ਪੰਜਾਬੀ ਅਸੱਭਿਅਕ ਗੀਤਕਾਰੀ ਗਾਇਕੀ ਦਾ ਤੇ ਹੋਰ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਹੱਲ ਵਾ ਨਾ, ਉਹ ਹੈਗਾ ਵੀ ਆਪਾਂ ਆਪਦਾ ਆਜ਼ਾਦ ਕੌਮੀ ਘਰ ਸਿਰਜਣ ਵਾਲੇ ਪਾਸੇ ਆਈਏ। ਜਿਹੜੇ ਆਪ ਬੱਤਾਂ ਜਾਂ ਦਿੰਦੇ ਰਹਿੰਦੇ ਨੇ ਨਾ ਕਿ ਛੱਡੋ ਜੀ ਪਹਿਲੋਂ ਬੜਾ ਨੁਕਸਾਨ ਹੋ ਗਿਆ ਜੀ, ਆਹ ਲਓ ਜੀ ਆਹ ਜਿਹੜਾ ਨੁਕਸਾਨ ਹੁਣ ਹੋ ਰਿਹਾ, ਜੇ ਇਉਂ ਹੀ ਚੱਲਦੇ ਰਹੇ, ਜੇ ਇਉਂ ਹੀ ਗੁਲਾਮੀ ਦੇ ਵਿੱਚ ਆਪਾਂ ਜੀਵਨ ਕੱਢਦੇ ਰਹੇ ਤਾਂ ਆਪਣਾ ਬਹੁਤ ਭਾਰੀ ਬਹੁਤ ਵੱਡਾ ਪੰਥ ਦਾ ਨੁਕਸਾਨ ਹੋਏਗਾ, ਜਿਹੜਾ ਨੁਕਸਾਨ ਸ਼ਾਇਦ ਜੇ ਲੜੀਏ ਜੇ ਜੂਝੀਏ ਸ਼ਾਇਦ ਨਾ ਹੋਵੇ। ਸੋ ਆਓ ਆਪਦੀ ਕੌਮ ਦੇ ਆਜ਼ਾਦ ਕੌਮੀ ਘਰ ਦੇ ਲਈ ਜਿਹੜਾ ਹੈਗਾ ਯਤਨਸ਼ੀਲ ਹੋਈਏ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਤ ਬਖਸ਼ਣ ਯੋਗ ਹੈ, ਫਤਿਹ ਅਰਜ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।